ਬਾਪੂ ਨੂੰ ਜਾ ਕੇ ਦੱਸੂਗੀ ਕਿ ਮੈਂ ਬੈਡਮਿੰਟਨ 'ਚ ਫਸਟ ਆਈ ਹਾਂ। ਉਹ ਵੀ ਕਿੰਨਾ ਖੁਸ਼ ਹੋਣਗੇ। ਚੱਲ ਮੈਂ ਸੁਣਾਉਣੀ ਆ ਜਾ ਕੇ ਖੁਸ਼ਖਬਰੀ। ਲੈ ਆ ਬੈਠਾ ਬਾਪੂ। ਬਾਪੂ ਮੈਂ ਇੱਕ ਖੁਸ਼ਖਬਰੀ ਦੀ ਗੱਲ ਦੱਸਦੀ ਆ, ਸੁਣੋ ਹੁਣ। ਮੈਂ ਬੈਡਮਿੰਟਨ 'ਚ ਨਾ ਪਾਰਟਿਸਿਪੇਟ ਕੀਤਾ ਸੀ ਤੇ ਫਸਟ ਆਈ ਆ। ਸੱਚ ਭਾਈ? ਹਾਂ ਬਾਪੂ। ਸ਼ਾਬਾਸ਼ ਮੇਰੇ ਪੁੱਤ ਦੇ ਭਾਈ। ਚਲ ਹੁਣ ਤੇ ਇਸ ਖੁਸ਼ੀ 'ਚ ਨਾ ਜਿਹੜੀ ਚੀਜ਼ ਤੂੰ ਮੰਗੀ ਗਈ ਮੈਂ ਤੈਨੂੰ ਉਹੀ ਦੇਊਂਗਾ। ਮੈਨੂੰ ਵੀ ਬਾਹਲੀ ਖੁਸ਼ੀ ਆ। ਸੱਚੀ ਬਾਪੂ? ਹੋਰ ਮੈਂ ਤਾਂ ਤੇਰੇ ਤੇ ਬਹੁਤ ਭਰੋਸਾ ਕਰਦਾ ਗਾ, ਬੜਾ ਕੁਛ ਸੋਚੀ ਬੈਠਾ ਗਾ ਹਾਂ ਦੀ ਤਾਂ। ਅੱਛਾ ਕੀ ਸੋਚੀ ਬੈਠੇ ਮੈਨੂੰ ਵੀ ਦੱਸ ਦੋ। ਦੱਸੂਗਾ ਤੈਨੂੰ ਮੈਂ, ਹੁਣੀ ਦੱਸ ਦੋ। ਆਏ ਹੁਣ ਨਹੀਂ ਦੱਸਦਾ। ਚਲੋ ਐਂ ਕਰੋ ਫਿਰ, ਤੁਸੀਂ ਖੋਏ ਦਾ ਡੱਬਾ ਮੰਗਾ ਲਓ, ਆਪਾਂ ਉਹ ਖਾਂਦੇ ਆ ਚਾਹ ਨਾਲ। ਉਹ ਆਪਾਂ ਹੁਣੀ ਮੰਗਾ ਲੈਂਦੇ। ਚਲੋ ਫਿਰ ਜਾ ਲੈ ਕੇ ਆ ਜਾ, ਕਿਸ ਤੋਂ ਮੰਗਵਾ ਲਓ। ਕੋਈ ਨਹੀਂ, ਮੈਂ ਹੀ ਲੈ ਆਉਣਾਗਾ। ਮੰਗਾਉਣਾ ਕੀ ਤਾਂ ਮੈਂ ਜਾਣਾਗਾ। ਚਲ ਮੈਂ ਬਾਗੀ ਚੱਲਦਾ। ਰੀਤ ਮੈਂ ਤੈਨੂੰ ਗੱਲ ਕਰਨੀ ਸੀ। ਹਾਂਜੀ। ਮੈਂ ਤੈਨੂੰ ਐਂ ਕਹਿੰਦਾ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਇਕੱਠੇ ਰਹਿੰਦੇ ਨੂੰ। ਆਪਾਂ ਹੁਣ ਵਿਆਹ ਨਾ ਕਰਾ ਲਈ। ਉਹ ਤਾਂ ਤੁਹਾਡੀ ਗੱਲ ਠੀਕ ਹੈ, ਵੈਸੇ ਮੇਰਾ ਬਾਪੂ ਮੇਰੀ ਕੋਈ ਗੱਲ ਮੋੜਦਾ ਤਾਂ ਹੈ ਨਹੀਂ। ਮੈਂ ਦੇਖ ਲੂੰਗੀ ਗੱਲ ਕਰਕੇ, ਜੇ ਮੰਨ ਗਏ ਤਾਂ ਆਪਾਂ ਕਰਵਾ ਲਾਂਗੇ ਵਿਆਹ, ਜੇ ਨਾ ਮੰਨੇ ਫੇਰ ਨਹੀਂ। ਦੇਖ ਰੀਤ, ਬਾਪੂ ਨੂੰ ਤਾਂ ਮਨਾਉਣਾ ਪਊਦਾ ਨਹੀਂ, ਜੇ ਮਰਜ਼ੀ ਕਰੀ। ਮੈਂ ਤੈਨੂੰ ਬਹੁਤ ਪਿਆਰ ਕਰਦਾ। ਚੰਨੀ ਉਹ ਤਾਂ ਠੀਕ ਹੈ, ਪਰ ਮੇਰਾ ਬਾਪੂ ਵੀ ਮੈਨੂੰ ਬਹੁਤ ਪਿਆਰ ਕਰਦਾ। ਉਹ ਤਾਂ ਠੀਕ ਹੈ, ਪਰ ਜ਼ਰੂਰ ਇੱਕ ਵਾਰੀ ਜ਼ਰੂਰ ਗੱਲ ਕਰੀ। ਹਾਂ ਗੱਲ ਤਾਂ ਮੈਂ ਕਰੂੰਗੀ, ਪਰ ਜੇ ਨਾ ਮੰਨੇ ਨਾ ਫਿਰ ਤਾਂ ਮੇਰੇ ਵੱਲੋਂ ਨਾ ਹੀ ਹੈ। ਚੱਲ ਠੀਕ ਹੈ, ਅੱਗੇ ਤੇਰੀ ਮਰਜ਼ੀ ਹੈ, ਬਾਪੂ ਨੂੰ ਜ਼ਰੂਰ ਮਨਾਉਣੀ। ਕੋਈ ਗੱਲ ਨਹੀਂ, ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ, ਤੇਰੇ ਬਗੈਰ ਮੈਂ ਰਹਿ ਨਹੀਂ ਸਕਦਾ। ਉਹ ਤਾਂ ਚੰਨੀ ਠੀਕ ਹੈ, ਮੇਰਾ ਬਾਪੂ ਵੀ ਨਹੀਂ ਨਾ ਮੇਰੇ ਬਿਨਾਂ ਰਹਿ ਸਕਦਾ। ਚੱਲ ਤੂੰ ਟੈਨਸ਼ਨ ਨਾ ਲੈ, ਮੈਂ ਬਾਪੂ ਜੀ ਨਾਲ ਗੱਲ ਕਰੂੰਗੀ ਤੇ ਮਿਲਦੇ ਆਪਾਂ ਸਵੇਰੇ ਕਾਲਜ ਫਿਰ। ਹੈ ਠੀਕ ਹੈ, ਚਲ ਬਾਏ ਬਾਏ। ਹਲੋ ਬਾਪੂ ਜੀ, ਚਾਹ ਪੀ ਲਓ। ਬਣਾ ਵੀ ਲਈ ਪਤਾ? ਹੋਰ ਦੋ ਤਾਂ ਕੱਪ ਬਣਾਉਣੇ ਸੀ, ਇੰਨਾ ਕਿੰਨਾ ਕੁ ਟਾਈਮ ਲੱਗਦਾ? ਆ ਤਾਂ ਮੈਨੂੰ ਪਤਾ। ਤੇ ਹੋ ਸੱਚਾ ਪੁੱਤ, ਪੜ੍ਹਾਈ ਲਿਖਾਈ ਕਿਵੇਂ ਵਧੀ ਚੱਲਦੀ ਤੇਰੀ? ਹਾਂਜੀ ਬਾਪੂ ਜੀ, ਬਹੁਤ ਵਧੀਆ ਚੱਲਦੀ ਆ। ਦੇਖ ਪੁੱਤ, ਜੇ ਤੇਰੀ ਮਾਂ ਹੁੰਦੀ ਗੱਲ ਕੁਛ ਹੋਰ ਸੀਗੀ, ਤੇ ਇਹ ਤੇਰਾ ਤੈਨੂੰ ਉਹਨੇ ਕਹਿਣਾ ਸੀਗਾ। ਹੁਣ ਮੈਂ ਕਹਿਣਾ ਤੈਨੂੰ ਵੀ ਦੇਖ, ਆਪਾਂ ਕੋਈ ਮੁੰਡਾ ਦੇਖ ਲੈਂਦੇ, ਤੇਰਾ ਵਿਆਹ ਕਰ ਦਿੰਦੇ। ਮੇਰਾ ਮਤਲਬ ਇਹ ਕਹਿਣ ਦਾ ਬਾਪੂ ਜੀ, ਹਲੇ ਨਹੀਂ ਮੈਂ ਵਿਆਹ ਕਰਾਉਣਾ, ਹਲੇ ਤਾਂ ਮੈਂ ਅੱਗੇ ਪੜ੍ਹਨਾ। ਉਹ ਪੜ੍ਹਤਾ ਨਹੀਂ ਕੀ ਕਿਹੜਾ ਪੁੱਤ, ਅੱਜ ਹੀ ਹੋ ਜਾਂਦਾ। ਜੇ ਹੁਣ ਤੋਂ ਮੁੰਡਾ ਵੇਖਣ ਲੱਗਣਾ 6 ਮਹੀਨੇ ਸਾਲ ਤਾਂ ਹੀ ਲੰਘ ਜਾਂਦੇ, ਇੰਨੇ ਤੇਰਾ ਸਾਲ ਪੂਰਾ ਹੋ ਜੂ। ਮੈਂ ਕਹਿੰਦਾ ਸੀਗਾ ਵੀ ਆਪਾਂ ਪੱਖ ਠੱਕ ਜੀ ਕਰ ਲੈਂਦੇ ਹਾਂ, ਵਿਆਹ ਠਹਿਰ ਕੇ ਕਰ ਦਿਆਂਗੇ। ਉਹ ਤਾਂ ਠੀਕ ਹੈ ਬਾਪੂ ਜੀ, ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸ ਪੁੱਤ, ਜੇ ਕੋਈ ਗੱਲ ਹੈਗੀ ਦੱਸ। ਇਹ ਸੰਗਾਈ ਕੀ ਗੱਲ ਆ? ਚਲ ਛੱਡੋ। ਨਹੀਂ ਪੁੱਤ, ਸਾਡੇ ਵਾਲੀ ਕੀ ਗੱਲ ਆ, ਜੇ ਤੇਰੀ ਮਾਂ ਹੁੰਦੀ ਤਾਂ ਹੁਣ ਵੀ ਦੱਸ ਦੇ। ਮੈਨੂੰ ਦੱਸ ਕੀ ਗੱਲ ਹੈਗੀ ਕੋਈ, ਅਸੀਂ ਦੱਸ ਦੇ। ਮੇਰੇ ਨਾਲ ਹੀ ਬਾਪੂ ਜੀ ਇੱਕ ਮੁੰਡਾ ਪੜ੍ਹਦਾ ਤੇ ਉਹਨੂੰ ਬਹੁਤ ਚੰਗਾ ਹੈ, ਪੜ੍ਹਾਈ 'ਚ ਵੀ ਬਹੁਤ ਹੁਸ਼ਿਆਰ ਆ। ਮੇਰਾ ਚੰਗਾ ਮਾੜਾ ਬਹੁਤ ਪਰ ਮਤਲਬ ਸਭ ਕੁਛ ਠੀਕ ਹੈ, ਮੇਰੀ ਬਹੁਤ ਕੇਅਰ ਕਰਦਾ। ਉਹ ਤਾਂ ਤੇਰੀ ਗੱਲ ਠੀਕ ਹੈ ਪੁੱਤ, ਪਰ ਐਂ ਨਾ ਤੈਨੂੰ ਮੈਂ ਕੀ ਕਹਾਂ। ਚੱਲ ਤੂੰ ਐਂ ਕਰੀ ਪੁੱਤ, ਕੇਰਾਂ ਨੂੰ ਘਰੇ ਬੁਲਾਈ, ਮੈਨੂੰ ਮੇਰੇ ਨਾਲ ਮਿਲਾਈ, ਫਿਰ ਦੇਖਦੇ ਹਾਂ ਗੱਲ ਕੀ ਬਣਦੀ ਹੈ।
ਠੀਕ ਹੈ ਬਾਪੂ ਜੀ, ਹਾਂ ਫਿਰ ਗਾਹਾਂ ਵਾ, ਫਿਰ ਮੈਂ ਸੋਚੂਗਾ ਕੁਛ, ਠੀਕ ਹੈ, ਚਲੋ ਇਹਨਾਂ ਨੂੰ ਠੀਕ, ਬੁਲਾ ਲਈ, ਫਿਰ ਮੈਂ ਦੇਖੂ, ਫਿਰ ਹੀ ਪਤਾ ਲੱਗੂ ਕੀ ਗੱਲਬਾਤ ਆ, ਕੀ ਕਹਾਣੀ ਹੈ, ਫਿਰ ਉਹਦੇ ਨਾਲ ਗੱਲ ਕਰਕੇ ਮੈਨੂੰ ਪਤਾ ਲੱਗ ਜੂਗਾ। ਚੱਲ ਤੂੰ ਉਹਨੂੰ ਕਿਹਾ ਘਰੇ ਬੁਲਾ ਲਈ, ਅਤੇ ਉਦੋਂ ਬਾਅਦ ਫਿਰ ਆਪਾਂ ਗਾਹਾਂ ਗੱਲ ਤੋਰਾਂਗੇ। ਠੀਕ ਹੈ ਬਾਪੂ ਜੀ, ਤੁਸੀਂ ਮੈਨੂੰ ਦੱਸ ਦਿਓ ਕਦੋਂ ਬੁਲਾਉਣਾ, ਮੈਂ ਉਹਦੀ ਬੁਲਾ ਲੂੰਗੀ। ਪੁੱਤਾਂ ਤੂੰ ਵੀ ਆਪ ਤਾਂ ਪੜ੍ਹੀ ਲਿਖੀ ਆ, ਬਾਕੀ ਸਾਰੇ ਸਾਰੀਆਂ ਗੱਲਾਂ ਦਾ ਤੈਨੂੰ ਪਤਾ ਹੀ ਆ, ਅਤੇ ਮੇਰੇ ਨਾਲ ਜ਼ਿਆਦਾ ਤੈਨੂੰ ਪਤਾ ਗਾ, ਫਿਰ ਵੀ ਕਹਿੰਦੇ ਪੜ੍ਹਨ ਵਾਲੇ ਬੰਦੇ ਨੂੰ ਕਿ ਜ਼ਿਆਦਾ ਪਤਾ ਹੁੰਦਾ, ਚੰਗੇ ਮਾੜੇ ਦੀ ਪਰਖ ਤੈਨੂੰ ਜ਼ਿਆਦਾ ਆ। ਚੱਲ ਫਿਰ ਵੀ ਤੂੰ ਕਿਹਾ ਉਹਨੂੰ ਘਰੇ ਬੁਲਾਈ, ਫਿਰ ਉਹ ਹਿਸਾਬ ਨਾਲ ਆਪਾਂ ਗੱਲ ਕਰ ਲਾਂਗੇ, ਜਦੋਂ ਵੀ ਉਦੋਂ ਆ ਟਾਈਮ ਲੱਗਿਆ, ਕੱਲ ਨੂੰ ਜਾਂ ਪਰਸੋਂ ਜਦੋਂ ਵੀ ਆ ਸਕਦਾ ਉਹਨੂੰ ਬੁਲਾ ਲਈ ਫਿਰ। ਹਾਂ, ਠੀਕ ਹੈ ਬਾਪੂ ਜੀ, ਫਿਰ ਉਦੋਂ ਆਪਾਂ ਬਾਅਦ ਕੱਲ ਨੂੰ ਬੁਲਾ ਲੈਂਦੇ ਹਾਂ। ਜਦੋਂ ਮਰਜ਼ੀ ਬੁਲਾ ਲਈ, ਤੇ ਫਿਰ ਉਸ ਹਿਸਾਬ ਨਾਲ ਆਪਾਂ ਗੱਲ ਕਰ ਲਾਂਗੇ। ਠੀਕ ਹੈ ਬਾਪੂ ਜੀ, ਹਾਂ ਚਲੋ ਤੁਸੀਂ ਪੀ ਲਓ ਚਾਹ। ਇਹ ਹੁਣ ਕੀ ਕਹੇਗੀ, ਆਹ ਗੱਲਾਂ ਤੋਂ ਮੈਂ ਤਾਂ ਡਰਦਾ ਸੀ ਜਾਂਦਿਆਂ, ਹੁਣ ਵੇਰਵਾ ਜਿਹਾ ਪਾ ਗਈ ਵਿੱਚ। ਚੱਲ ਕੋਈ ਨਹੀਂ, ਕਹਿੰਦੇ ਹੁੰਦੇ ਆ ਖੁਸ਼ੀ ਤਾਂ ਜਵਾਕਾਂ ਨਾਲ ਹੀ ਹੁੰਦੀ ਹੈ। ਚੱਲ ਕੋਈ ਗੱਲ ਨਹੀਂ, ਜਿਹਦੀ ਮਾਂ ਹੁੰਦੀ ਉਹ ਵੀ ਮੈਨੂੰ ਐਂ ਕਹਿੰਦੀ, ਕੋਈ ਨਹੀਂ ਕਰਦੇ, ਹੁਣ ਜੇ ਜਵਾਬ ਦੇਣਾ ਅੱਜ ਕੱਲ੍ਹ ਕਿਹੜਾ ਉਹ ਹੈਗਾ। ਚੱਲ ਕੋਈ ਨਹੀਂ, ਕਿਹੜਾ ਮੁੰਡੇ ਨੂੰ ਮਿਲਦੇ ਹਾਂ, ਫਿਰ ਗਾਹਾਂ ਦੇਖਦੇ ਹਾਂ ਕੀ ਬਣਦਾ, ਪਹਿਲਾਂ ਮੁੰਡੇ ਨਾਲ ਕਰ ਗੱਲਬਾਤ। ਚੱਲ ਦੱਸ ਦੇ ਜੰਨੀ ਨੂੰ ਵੀ ਬਾਪੂ ਨੇ ਤੈਨੂੰ ਬੁਲਾਇਆ ਤੇ ਆ ਜਾ। ਹੈਲੋ, ਹੈਲੋ, ਕਿਵੇਂ ਜੰਨੀ? ਠੀਕ ਆ। ਮੈਂ ਵੀ ਕਹਿੰਦੀ ਸੀ, ਤੁਸੀਂ ਕਿਹਾ ਸੀ ਨਾ ਬਾਪੂ ਨਾਲ ਗੱਲ ਕਰਨ ਲਈ, ਤੇ ਮੈਂ ਕਰ ਲਈ ਬਾਪੂ ਨਾਲ ਗੱਲ। ਠੀਕ ਆ, ਤੇ ਕੀ ਕਹਿੰਦਾ ਬਾਪੂ? ਬਾਪੂ ਤਾਂ ਕੁਛ ਨਹੀਂ ਕਹਿੰਦੇ, ਉਹ ਕਹਿੰਦੇ ਜਦੋਂ ਵੀ ਮੁੰਡੇ ਨੂੰ ਟਾਈਮ ਆ ਤੂੰ ਬੁਲਾ ਲੈ ਘਰ। ਤੁਹਾਨੂੰ ਪਤਾ ਤਾਂ ਹੈਗਾ ਮੈਂ 5 ਦਿਨ ਲਈ ਬਾਹਰ ਜਾਣਾ। 5 ਦਿਨ ਲਈ ਬਾਹਰ ਜਾਣਾ ਹੈ, ਫਿਰ ਕਦੋਂ ਟਾਈਮ ਆ? 5 ਵਜੇ ਤੱਕ ਨਹੀਂ ਆ ਜੇ। ਅੱਛਾ, ਅੱਜ ਆਉਂਗੇ ਫਿਰ? ਚਲੋ, ਇੰਨੇ ਦਿਨ ਕਾਹਨੂੰ ਪਾਉਣੇ ਨੇ, ਕੋਈ ਗੱਲ ਨੀ, ਤੁਸੀਂ ਆ ਜਾਓ ਅੱਜ ਹੀ, ਮੈਂ ਕਹਿ ਦਿੰਦੀ ਹਾਂ ਬਾਪੂ ਨੂੰ। ਬਾਪੂ ਨਾਲ ਤੂੰ ਸਿੱਧੀ ਗੱਲ ਕਰ ਲੈਂਦੀ, ਮੈਨੂੰ ਦੱਸ ਜਾ ਰਹਾ ਤੇ ਬਾਪੂ। ਲੈ ਐ ਕਿਵੇਂ ਸਿੱਧੀ ਗੱਲ ਕਰ ਲਾ, ਵਿਆਹ ਤੁਸੀਂ ਕਰਾਉਣਾ, ਲੈ ਕੇ ਜਾਣਾ ਆਪਣੇ ਘਰ ਨਾ, ਜੇ ਆਪ ਆ ਕੇ ਗੱਲ ਕਰੋ। ਤੁਸੀਂ ਨਾਲ ਹੀ ਕਰਾਉਣਾ ਮੇਰੇ ਨਾਲ। ਉਹ ਚਲੋ ਠੀਕ ਹੈ, ਬਾਲੀ ਗੱਲਾਂ ਨਾ ਕਰੋ ਤੇ ਤਿਆਰ ਹੋ ਜਾਓ ਜਲਦੀ ਜਲਦੀ। ਓਕੇ, ਚਲ ਦੱਸਦੀ ਹਾਂ ਬਾਪੂ ਨੂੰ ਵੀ। ਬਾਪੂ ਜੀ, ਚਾਹੀਦਾ ਕੁਛ ਮੰਗਾਉਣਾ ਕੁਛ? ਨਹੀਂ ਨਹੀਂ ਮੰਗਾਉਣਾ ਤਾਂ ਕੁਛ ਨਹੀਂ, ਮੈਂ ਨਾ ਮੁੰਡੇ ਨੂੰ ਫੋਨ ਕੀਤਾ ਸੀ, ਉਹ ਕਹਿੰਦਾ ਵੀ ਮੈਂ 5-4 ਦਿਨ ਲਈ ਨਾ ਬਾਹਰ ਜਾਣਾ, ਅੱਜ ਮੇਰੇ ਕੋਲ ਟਾਈਮ ਆ 5 ਵਜੇ ਤੱਕ, ਤੇ ਮੈਂ ਉਹਨੂੰ ਅੱਜ ਹੀ ਕਹਿਤਾ ਵੀ ਆ ਜਾ। ਚਲ ਕੋਈ ਗੱਲ ਨਹੀਂ, ਕਰੀਏ ਪੁੱਤ, ਮੈਂ ਜਦੋਂ ਆ ਗਿਆ ਕਰ ਲੂੰ ਗੱਲ, ਕੋਈ ਗੱਲ ਨਹੀਂ। ਠੀਕ ਹੈ ਬਾਪੂ ਜੀ, ਹਾਂ ਹਾਂ ਕੋਈ ਗੱਲ ਨਹੀਂ, ਆ ਜਾਂਦਾ ਜਦੋਂ ਆ ਗਿਆ ਮੈਨੂੰ ਦੱਸ ਦੀ, ਕਰ ਲੂੰ ਗੱਲ ਮੈਂ। ਠੀਕ ਹੈ, ਹਾਂ ਹਾਂ ਕੋਈ ਗੱਲ ਨਹੀਂ, ਉਹਨੇ ਕਰ ਲਓ ਕੰਮ ਤੁਸੀਂ। ਹਾਂਜੀ ਠੀਕ ਹੈ, ਜਵਾਬ ਕੰਮ ਵੀ ਹੋ ਜਾਂਦੀ ਕਾਲੇ, ਦੇਖਦੇ ਗੱਲ ਕਰਕੇ। ਹਾਂ ਕਾਕਾ, ਦੱਸ ਮੈਨੂੰ ਤੁਹਾਡਾ ਪਰਿਵਾਰ ਕੀ ਆ ਪਹਿਲਾਂ? ਜੀ ਮੇਰਾ ਪਰਿਵਾਰ, ਮੇਰੀ ਮਾਂ ਤੇ ਮੇਰਾ ਡੈਡੀ ਆ, ਤੇ 2 ਭਰਾ ਇੱਕ ਭੈਣ ਹੈ ਜੀ। ਅੱਛਾ, ਲੈ ਪੁੱਤ ਤੂੰ ਚਾਹ ਲਿਆ, ਤੇ ਉਹ ਤਾਂ ਠੀਕ ਆ ਤੇਰੀ ਗੱਲ, ਤੇ ਦੂਜਾ ਭਰਾ ਤੇਰਾ ਵਿਆਹ ਵਾ? ਹਾਂਜੀ, ਉਹਨਾਂ ਦੀ ਮੈਰਿਜ ਹੋਈ ਹੋਈ ਹੈ। ਅੱਛਾ, ਮੈਰਿਜ ਹੋਈ ਵੀ ਆ, ਤੇ ਗੁੜੀਆ? ਗੁੜੀਆ ਦੀ ਵੀ ਹੋਈ ਹੋਈ। ਅੱਛਾ, ਤੂੰ ਇਕੱਲੇ ਰਹਿੰਦਾ ਗਾ? ਹਾਂਜੀ। ਅੱਛਾ, ਜਿੱਥੇ ਛੋਟੀ ਗੁੱਡੀ ਵਿਆਹੀ ਹੋਈ ਕਹੇਗਾ, ਜ਼ਮੀਨ ਕਿੰਨੀ ਕੁ ਆਉਂਦੀ ਉਹਨਾਂ ਨੂੰ? ਉਹਨਾਂ ਨੂੰ 5 ਕਿੱਲੇ ਆਉਂਦੇ ਜੀ। ਅੱਛਾ ਠੀਕ ਹੈ,
ਤੇ ਤੁਹਾਡੇ ਕੋਲ ਪੈਲੀ ਕਿੰਨੀ ਆ ਜੀ? ਸਾਡੇ ਕੋਲ 3 ਕਨਾਲਾਂ ਆਈ। ਕਿੰਨੀ? 3 ਕਨਾਲਾਂ ਜੀ। ਹਾਂਜੀ। ਅੱਛਾ, ਤੇ ਹੋਰ ਕੀ ਕੰਮ ਕਰਦੇ ਨਾਲ ਤੁਸੀਂ? ਮੇਰੇ ਰੇੜੀ ਦੇ ਕਬਾੜ ਦੀ ਦੁਕਾਨ ਹੈ ਜੀ, ਤੇ ਮੇਰਾ ਭਰਾ ਵੀ ਉੱਥੇ ਨਾਲ ਹੀ ਹੁੰਦਾ ਜੀ। ਅੱਛਾ, ਕਬਾੜ ਖਰੀਦਣ ਦਾ ਕੰਮ ਕਰਦੇ ਹੋ? ਹਾਂਜੀ, ਵੱਡੀ ਹੋਲਸੇਲ ਦੀ ਦੁਕਾਨ। ਉਹ ਕੋਈ ਲਾ ਲਾ, ਭਾਵੇਂ ਹੋਲਸੇਲ ਦੀ ਲਾ ਲਾ, ਭਾਵੇਂ ਦੂਜੀ ਲਾ ਲਾ, ਹੈ ਤਾਂ ਪਤਾ ਹੀ ਹੈ, ਪਰ ਤਾਂ ਇੱਕੋ ਹੀ ਹੈ ਨਾ। ਸਾਡੇ ਕੋਲ ਕਾਕਾ 10 ਕਿੱਲੇ ਪੈਲੀ ਦੇ ਆ। ਠੀਕ ਹੈ ਜੀ। ਹੁਣ ਜਿਹੜੇ ਜਿਹੜੇ ਤੈਨੂੰ ਮੈਂ ਗੱਲਾਂ ਦੱਸੂ ਨਾ, ਆਪ ਹੀ ਸਮਝ ਜਾਈ, ਮੈਨੂੰ ਦੁਬਾਰੇ ਕਹਿਣ ਦੀ ਲੋੜ ਨਾ ਪਵੇ। ਠੀਕ ਹੈ ਜੀ। ਹੁਣ ਤੂੰ 3 ਕਰਾਣੇ 'ਤੇ ਲਾ ਲਾ, ਵੀ 3 ਕਰਾਣੇ 'ਤੇ ਆਪਾਂ ਕੱਖ ਬੀਜਾਂਗੇ, ਕਣਕ ਬੀਜਾਂਗੇ। ਜੇ ਆਪਾਂ ਕੱਲ੍ਹ ਨੂੰ 2 ਪਸ਼ੂ ਰੱਖਦੇ ਹਾਂ, ਹੁਣ ਸਾਡੇ ਲਾ ਲਾ, ਭਾਵੇਂ 2 ਮੈਂ ਸਹੀ ਹਾਂ, 1/2 ਕਿੱਲਾ ਕੱਖਾਂ ਬੀਜ ਰਹੇ ਹਾਂ, ਜੇ 2 ਕਰਾਣਾ ਬੀਜਦੇ ਸਰਦਾ ਨੀਗਾ, ਕਿਉਂ ਪਹਿਲਾਂ ਵੱਢੇ ਜਾਂਦੇ ਮਗਰ ਮਗਰ ਹੁੰਦੇ ਨੇ, ਜੇ ਤਿਆਰ ਕੱਖ ਕਰਨੇ ਉਹਨਾਂ 1/2 ਕਿੱਲਾ ਬੀਜਿਆ ਜਾਂਦਾ, ਭਾਵੇਂ 2 ਪਸ਼ੂ ਰੱਖਣੇ ਆਪਾਂ। ਉਹ ਬੀਜਣ ਵਾਸਤੇ ਨਹੀਂ ਜੀ, ਉਹ ਤਾਂ ਪਲਾਟ ਆ ਜੀ ਸਾਡੇ 3 ਕਰਾਣਾ ਦੇ ਸ਼ਹਿਰ 'ਚ ਜੀ। ਬਸ ਫਿਰ ਤੂੰ ਇਹ ਗੱਲ ਕਹਿਣਾ ਵੀ ਸਾਡੇ ਕੋਲ ਪੈਲੀ ਹੈ ਨਹੀਂ, ਫਿਰ 3 ਕਰਾਣਾ ਵੇਰਬਾਨਾ ਪਾਉਣ ਵਿੱਚ, ਉਹ ਤਾਂ ਤੂੰ ਕੋਈ ਪਲਾਟ ਆ, ਪਲਾਟ ਨੂੰ ਫਿਰ ਵਾਹਣਾ ਨਾਲ ਨਹੀਂ ਜੁੜੀ ਜਾਂਦਾ ਕਾਕਾ, ਉਹ ਇਹ ਲੈਜਰ ਗੱਲ ਕਰੀ ਦੀ ਹੁੰਦੀ ਹੈ। ਠੀਕ ਹੈ ਜੀ। ਹੁਣ ਤੂੰ ਆਪਦੇ ਆਪ ਹੀ ਸਮਝੀ ਚੱਲੀ ਗੱਲ ਕਰ, ਜਿਹੜੀ ਮੈਂ ਸੀ ਸੋਚ ਸੋਚੀ ਆ, ਦੇਖ ਮੈਂ ਤਾਂ ਇਹ ਗੱਲ ਸੋਚੀ ਆ, ਮੇਰੇ ਗੱਲ ਗੱਲ ਇੱਥੀ ਆ ਵੀ 10 ਕਿੱਲੇ ਪੈਲੀ ਦੇ ਆਉਂਦੇ ਆ, ਅਤੇ ਗਾਹਾਂ ਮੇਰਾ ਤਾਂ ਇਹ ਇਰਾਦਾ ਸੀ ਵੀ ਮੈਂ 15 ਕਿੱਲੇ ਵਾਲਾ ਭਰ ਲਾਂ, ਵੀ ਮੇਰੀ ਧੀ ਸੌਖੀ ਰਹੇ। ਕੋਈ ਵੀ ਮਾਂ ਬਾਪ ਆ ਇਹ ਗੱਲ ਨਹੀਂ ਚਾਹੁੰਦਾ ਵੀ ਮੇਰੀ ਧੀ ਗਾਹਾਂ ਜਾ ਕੇ ਔਖੀ ਹੋਵੇ। ਨਹੀਂ, ਮੈਂ ਵਧੀਆ ਰੱਖੂੰਗਾ ਜੀ, ਔਖੀ ਹੋਣ ਵਾਲੀ ਕੋਈ ਗੱਲ ਹੀ ਨਹੀਂ, ਵਧੀਆ ਸਾਡਾ ਕੰਮ ਚੱਲਦਾ ਜੀ, ਮੈਂ 2 ਟਾਈਮ ਦੀ ਰੋਟੀ ਵਧੀਆ ਖਵਾ ਸਕਦਾ ਜੀ, ਖੁਸ਼ ਰੱਖ ਸਕਦਾ ਜੀ। ਪੁੱਤ ਕਦੀਆਂ ਰੋਟੀਆਂ ਨਾਲ ਨਹੀਂ ਹੁੰਦਾ, ਮੇਰੇ ਕੋਲ 10 ਕਿੱਲੇ ਪੈ ਲਈ ਰਿਹਾ, ਤਾਂ ਵੀ ਮੇਰੀ ਕਬੀਲਦਾਰੀ ਸਿੱਟ ਨਹੀਂ ਆਉਂਦੀ, ਨਾਲੇ ਅਸੀਂ ਕੀ ਕਰਦੇ ਹਾਂ, ਡੱਕਾ ਵੀ ਨਹੀਂ ਕਰਦੇ, ਸਾਡਾ ਖਰਚਾ ਕਾਹਦਾ ਗਾ, ਤਾਂ ਵੀ ਆਈ ਨਹੀਂ ਪਤਾ ਲੱਗਦਾ ਵੀ ਕੀ ਹੋਈ ਜਾਂਦਾ ਗਾ। ਤੂੰ ਤਾਂ ਕਹਿਣਾ ਮੇਰੇ ਕੋਲ 3 ਕਲਾਂ ਵੀ ਕਾਹਦੀ, ਉਹਦਾ ਪਲਾਟ ਹੀ ਮੰਨ ਤੂੰ ਹੁਣ, ਅਤੇ ਇਕੱਲੇ ਉਹਦੇ ਨਾਲ ਕਬਾੜ ਖਰੀਦਣ ਨਾਲ ਕੀ ਬਣ ਜੂਗਾ? ਕਬਾੜ ਦਾ ਕੀ ਆ, ਜਿਵੇਂ ਪਿਛਲੀ ਵਾਰੀ ਲੋਕ ਲਾਉਣ ਲੱਗ ਗਿਆ ਸੀਗਾ, ਇੱਕ ਅੱਧੀ ਵਾਰੀ ਹੋਰ ਲੱਗ ਗਿਆ, ਰਾਮ ਰਾਮ ਸੱਤ ਹੈ, ਫਿਰ ਕੀ ਖਵਾਏਗਾ? ਉਹ ਤਾਂ ਮੈਂ ਪੜ੍ਹੀ ਸਟੱਡੀ ਕਰੀ ਜਾਂਦਾ ਜੀ, ਅਤੇ ਨੌਕਰੀ ਮਿਲ ਜੂ ਜੀ ਮੈਨੂੰ। ਓਹੋ, ਉਹ ਤਾਂ ਜਦੋਂ ਆਪਾਂ ਸਕੂਲ ਪੜ੍ਹਨ ਲੱਗ ਜਾਂਦੇ ਨਾ, ਆਪਣੇ ਮੈਰਿਜ ਤਾਂ ਉਦੋਂ ਚੱਲ ਜਾਂਦਾ ਵੀ ਆਪਾਂ ਫਲਾਣੀ ਨੌਕਰੀ ਕਰਾਂਗੇ, ਉਹ ਤਾਂ ਮੇਰੇ ਤੋਂ ਜਾਣਾ, ਮਿਲੇ ਨਾ ਮਿਲੇ ਉਹ ਤਾਂ ਬਾਅਦ ਦੀਆਂ ਗੱਲਾਂ ਰਹਿ ਗਈਆਂ। ਉਹ ਤਾਂ ਠੀਕ ਹੈ ਜੀ, ਪਰ ਮੈਨੂੰ ਲੱਗਦਾ ਨੀਗਾ ਵੀ ਆਪਣਾ ਕਹਾਣੀ ਸੈੱਟ ਬੈਠੂਗੀ ਜਿਹੜੇ ਹਿਸਾਬ ਨਾਲ ਉਹ ਆ। ਬਾਕੀ ਸਿਰ ਕੋਈ ਗੱਲ ਨਹੀਂ, ਮੈਂ ਤੈਨੂੰ ਕੋਈ ਸੋਚ ਕੇ ਦੱਸ ਦੂੰਗਾ। ਚੱਲ ਠੀਕ ਹੈ ਜੀ, ਮੈਂ ਚੱਲਦਾ। ਨਾ ਕਾਕਾ, ਚਾਹ ਪੀ ਕੇ ਜਾਈ। ਨਾ ਨਾ, ਬਸ ਧੰਨਵਾਦ। ਮੋਟੀ ਸ਼ਾਮੀ ਆਈ ਹੋ ਤਾਂ ਵਗ ਗਿਆ ਉਹ। ਹਾਂ, ਉਹ ਕਹਿੰਦਾ ਚੱਲ ਕੋਈ ਗੱਲ ਨੀ, ਗੱਲ ਹੋ ਗਈ ਸੀ ਉਹਦੇ ਨਾਲ। ਹਾਂ, ਕੀ ਕਹਿੰਦੇ ਬਾਪੂ ਜੀ? ਜਿਹੜੇ ਗੱਲਾਂ ਸੀ ਪੁੱਛ ਲਈਆਂ ਪੁੱਤ, ਕੋਈ ਗੱਲ ਨਹੀਂ, ਰਾਏ ਕਰਕੇ ਕਹਿੰਦਾ ਜਿਵੇਂ ਗੱਲ ਜੀ ਲੋਟਾ ਹਿਸਾਬ 'ਚ ਕਰ ਲਾਂਗੇ, ਮੈਂ ਮਿਲੂਗਾ ਉਹਦੇ ਪਿਓ ਨਾਲ ਵੀ ਮਿਲੂਗਾ, ਸਾਰਿਆਂ ਨੂੰ ਮਿਲੂਗਾ, ਫਿਰ ਆਪਾਂ ਬਾਅਦ 'ਚ ਗੱਲ ਤੋਰਾਂਗੇ, ਠੀਕ ਹੈ? ਇਹੋ ਜਿਹੀ ਕੋਈ ਗੱਲ ਨਹੀਂ, ਜਿਵੇਂ ਆਪਾਂ ਰਿਸ਼ਤਾ ਕਰਨਾ ਆਪਾਂ ਸੋਚ ਸਮਝੋ ਕੀ ਕਰਾਂਗੇ ਨਾ, ਸਾਰਾ ਕੁਝ ਦੇਖਣਾ ਪੈਂਦਾ ਇਹਦੇ 'ਚ। ਹੁਣ ਮੁੰਡੇ ਦਾ, ਮੁੰਡੇ ਦੇ ਮੈਨੂੰ ਗੱਲਾਂ ਦਾ ਪਤਾ ਲੱਗ ਗਿਆ, ਹੁਣ ਮੈਨੂੰ ਪਤਾ ਲੱਗ ਗਿਆ ਤਾਂ ਘਰ ਬਾਰ ਦਾ ਪੁੱਛ ਲਿਆ, ਰਾਹਾਂ ਦੀ ਕੰਮ ਆਪੇ ਪੜਤਾਲ ਕਰ ਲੂਗਾ, ਫਿਰ ਉਵੇਂ ਤੈਨੂੰ ਮੈਂ ਫੈਸਲਾ ਦੱਸ ਦੂੰਗਾ, ਠੀਕ ਹੈ? ਕੋਈ ਗੱਲ ਨਹੀਂ ਬਾਪੂ ਜੀ, ਤੁਸੀਂ ਕਿਹੜਾ ਫੈਸਲਾ ਗਲਤ ਲਾਉਂਗੇ? ਬਸ ਵੱਡੀ ਗੱਲ ਤਾਂ ਆ ਪੁੱਤ, ਮੈਨੂੰ ਵੀ ਆਈ ਆ, ਗਾਹਾਂ ਜਾ ਕੇ ਤੂੰ ਸੌਖੀ ਰਹੇ, ਠੀਕ ਹੈ ਨਾ ਗੱਲ? ਜੇ ਦੇਖ ਹੁਣ ਇੱਥੇ ਤਾਂ ਤੇਰੀ ਮਾਂ ਹੈ ਨਹੀਂ, ਗਾਹਾਂ ਚੰਗੀ ਸੱਸ ਮਿਲ ਜੇ ਤੈਨੂੰ, ਰਿਸ਼ਤੇਦਾਰੀ ਵਧੀਆ ਹੋ ਜੇ, ਗਾਹਾਂ ਜਾ ਕੇ ਸੌਖੀ ਰਹੇ, ਜੇ ਤੂੰ ਹੀ ਗਾਹਾਂ ਜਾ ਕੇ ਔਖੀ ਹੋਈ ਫਿਰ ਮੇਰਾ ਕੀ
ਇੱਥੇ ਮੈਂ ਬੈਠਾ ਝੂਰੀ ਜਾਇਆ ਕਰੂੰਗਾ। ਨਹੀਂ ਨਹੀਂ ਬਾਪੂ ਜੀ, ਚੰਨੀ ਬਹੁਤ ਚੰਗਾ ਮੁੰਡਾ ਹੈ, ਮੈਨੂੰ ਪਤਾ ਹੈ, ਉਹ ਮੈਨੂੰ ਸੌਖੀ ਰੱਖੂਗਾ। ਹਾਂ ਪੁੱਤ, ਉਹ ਤਾਂ ਮੈਨੂੰ ਦੱਸ ਹੀ ਗਿਆ, ਉਹਦੇ ਮੈਨੂੰ ਗੱਲਾਂ ਦਾ ਪਤਾ ਲੱਗ ਹੀ ਗਿਆ, ਜਿਹੜੇ ਸਾਨੂੰ ਉਹਨਾਂ ਦਾ ਪ੍ਰੋਗਰਾਮ ਚੱਲੀ ਜਾਂਦਾ ਗਾ, ਕੰਮ ਆ ਉਹਨਾਂ ਦਾ, ਉਹ ਤੈਨੂੰ ਜ਼ਰੂਰ ਸੌਖੀ ਰੱਖੂਗਾ, ਮੈਨੂੰ ਪਤਾ ਲੱਗ ਗਿਆ। ਕੋਈ ਗੱਲ ਨਹੀਂ, ਮੈਂ ਸੋਚੂਗਾ, ਕੋਈ ਗੱਲ ਨਹੀਂ। ਉਹੀ ਗੱਲ ਜਵਾਕਾਂ ਦਾ, ਪਤਾ ਨਹੀਂ ਕੀ ਕਿਹਾ ਕੁੜੀ ਨੂੰ, ਕਿਉਂਕਿ ਬਹੁਤ ਸੌਖੀ ਰੱਖੂਗਾ, ਵੀ ਖਰੀਦੇ ਦਾ ਕਬਾੜ ਆ ਉਹ, ਸੌਖੀ ਰੱਖੂਗਾ, ਤਿੰਨ ਕਲਾਣਾ ਵਾਹਣ ਦੇਣਾ ਅਤੇ ਫਿਰ ਅੱਗੇ ਪਲਾਟ ਆ ਲਿਆ ਉਹ। ਕੀ ਯਾਰ ਜਵਾਕਾਂ ਦਾ ਅੱਜ ਕੱਲ੍ਹ ਦਿਨ ਹੋਏ ਗਏ, ਸਾਰੀਆਂ ਗੱਲਾਂ ਭੁੱਲ ਜਾਂਦੇ ਆ, ਐਂ ਦੇਖਦੇ ਸਾਰੀ ਜ਼ਿੰਦਗੀ ਲੰਘਾਉਣੀ ਆ, ਵੀ ਅਸੀਂ ਗਾਹਾਂ ਜਾ ਕੇ ਕੀ ਕਰਾਂਗੇ ਅਤੇ ਕੀ ਨਹੀਂ ਕਰਾਂਗੇ। ਚੱਲ ਕੋਈ ਗੱਲ ਨਹੀਂ, ਜਾਂਦੇ ਧੀ ਦਾ ਵੀ ਦਿਲ ਨਹੀਂ ਤੋੜਦੇ, ਢੰਗ ਜਾਣਾ ਸਮਝਾ ਦਿਆਂਗੇ। ਚੰਨੀ ਐਡੀ ਵੀ ਕੀ ਕਰ ਸੀ, ਉਸ ਦਿਨ ਤੂੰ ਚਾਹ ਵੀ ਨਹੀਂ ਪੀ ਕੇ ਆਇਆ ਘਰੇ, ਤੇ ਨਾਲੇ ਕਿਹਦਾ ਫੋਨ ਆਇਆ ਸੀ? ਰੀਤ, ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਸੀ। ਕਿਸੇ ਦਾ ਫੋਨ ਨਹੀਂ ਆਇਆ, ਪਰ ਬਾਪੂ ਤਾਂ ਕਹਿੰਦੇ ਸੀ ਉਹਨੂੰ ਕਿਸੇ ਦਾ ਫੋਨ ਆ ਗਿਆ। ਜੋ ਤੇਰਾ ਬਾਪੂ ਨਾ ਗੱਲਾਂ ਕਰਦਾ ਸੀ ਨਾ, ਮੈਥੋਂ ਸਹੀਆਂ ਨਹੀਂ ਗਈਆਂ, ਉਹ ਇੱਕ ਤਰ੍ਹਾਂ ਦੀ ਮੇਰੀ ਬੇਇੱਜ਼ਤੀ ਕਰੀ ਜਾਂਦਾ ਸੀ। ਕਿਉਂ? ਕਹਿੰਦਾ ਸਾਡੇ ਕੋਲ 10 ਕਿੱਲੇ ਆ ਤੇ ਪਰਾਉਣਾ ਲੱਭਾਂਗੇ ਜੀ 15 ਕਿੱਲਿਆਂ ਵਾਲਾ, ਮੇਰੇ ਕੋਲ 15 ਕਿੱਲੇ ਤਾਂ ਹੈ ਨਹੀਂ, ਤੈਨੂੰ ਪਤਾ ਮੈਂ ਡੈਡੀ ਦੀ ਕਬਾੜ ਦੀ ਦੁਕਾਨ ਆ ਤੇ 3 ਕਨਾਲਾ, ਪਰ ਪਲਾਟ ਹੀ ਆ ਉਹ ਤਾਂ 1 ਕਰੋੜ ਰੁਪਈਆਂ ਦੀ ਹੈ। ਤੁਸੀਂ ਕਿਹਾ ਨਹੀਂ ਵੀ ਮੈਂ ਰੀਤ ਨੂੰ ਖੁਸ਼ ਰੱਖੂੰਗਾ? ਰੀਤ ਨੂੰ ਮੈਂ ਸਾਰਾ ਕੁਝ ਦੱਸਤਾ ਜੀ, ਮੈਂ ਖੁਸ਼ ਰੱਖੂ, 2 ਟਾਈਮ ਦੀ ਰੋਟੀ ਦੇ ਸਕਦਾ ਤੇ ਪਿਆਰ ਕਰਦਾ, ਮੈਂ ਇਦੂ ਉੱਤੇ ਕੀ ਕਹਿ ਸਕਦਾ, ਮੈਂ ਪੜ੍ਹੀ ਸਟੱਡੀ ਕਰੀ ਹੈ ਨਾ, ਇਦੋਂ ਨੌਕਰੀ ਮਿਲ ਜੂ ਮੈਨੂੰ, ਪਰ ਉਹਨਾਂ ਤਾਂ ਕਦੋਂ ਦੇਖੀ ਜਾਊਗੀ ਕਦੋਂ ਮਿਲੂਗੀ, ਪਰ ਤੁਸੀਂ ਤੁਹਾਡਾ ਪਰਿਵਾਰ ਹੀ ਬਹੁਤ ਵੱਡਾ, ਤੂੰ ਕੁੜੀ ਦੇ ਲੈ ਕੇ ਆਏ ਨੀ। ਫਿਰ ਚੰਨੀ ਹੁਣ ਤਾਂ ਜੋ ਬਾਪੂ ਕਰਨਗੇ ਉਹੀ ਠੀਕ ਹੈ, ਮੈਂ ਉਹਨਾਂ ਦੇ ਫੈਸਲੇ ਤੋਂ ਖਿਲਾਫ ਨਹੀਂ ਜਾ ਸਕਦੀ, ਮੈਨੂੰ ਮੇਰਾ ਬਾਪੂ ਚਾਹੇ ਖੂਹ 'ਚ ਧੱਕਾ ਦੇ ਦੇ ਉਹੀ ਹੋਊਗਾ, ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਹਾਂ ਚੰਨੀ। ਉਹ ਤਾਂ ਠੀਕ ਆ, ਪਰ ਤੇਰੇ ਨਾਲ ਮੇਰੀ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ, ਪਰ ਇਸ ਜਨਮ ਨਾ ਹੋਈ ਨਾ, ਮੈਂ ਅਗਲੇ ਜਨਮ ਤੱਕ ਵੀ ਡੀਕੂੰਗਾ, ਪਰ ਤੇਰੇ ਲਈ ਮੈਂ ਵਿਆਹ ਨਹੀਂ ਕਰਾਉਂਦਾ। ਕਿਉਂ? ਤੇਰਾ ਦਿਮਾਗ ਖਰਾਬ ਆ? ਮੈਂ ਤੇਰਾ ਇੰਤਜ਼ਾਰ ਹੀ ਕਰੂੰਗਾ। ਨਹੀਂ ਨਹੀਂ ਚੰਨੀ, ਤੂੰ ਆਪਣਾ ਵਿਆਹ ਕਰਵਾਈ ਤੇ ਆਪਣੀ ਲਾਈਫ 'ਚ ਸੈੱਟ ਹੋ ਜਾਈ, ਇਹ ਸਭ ਕੁਝ ਭੁੱਲ ਜਾ। ਦੇਖ ਰੀਤ, ਇੰਨਾ ਭੁੱਲਣਾ ਸੌਖਾ ਨਹੀਂ, ਤੂੰ ਤਾਂ ਕਹਿਤਾ, ਪਰ ਮੈਨੂੰ ਪਤਾ ਮੇਰੇ ਦਿਲ 'ਤੇ ਕੀ ਬੀਤੀ ਜਾਂਦੀ ਹੈ। ਚੰਨੀ ਮੈਂ ਵੀ ਕਿਹੜਾ ਤੈਨੂੰ ਛੱਡ ਸਕਦੀ ਹਾਂ, ਪਰ ਮੈਂ ਵੀ ਮਜਬੂਰ ਹਾਂ, ਜੋ ਵੀ ਬਾਪੂ ਨੇ ਫੈਸਲਾ ਲੈ ਲਿਆ ਨਾ, ਮੈਨੂੰ ਉਸੇ ਨਾਲ ਹੀ ਐਗਰੀ ਹੋਣਾ ਪਊਗਾ। ਉਹ ਤਾਂ ਠੀਕ ਹੈ, ਤੇ ਤੂੰ ਵੀ ਵਿਆਹ ਕਰਵਾ ਲੈ। ਰੀਤ, ਤੂੰ ਵਿਆਹ ਦਾ ਨਾਮ ਨਾ ਲੈ, ਤੂੰ ਪਹਿਲਾਂ ਹੀ ਬਹੁਤ ਦੁਖੀ ਹੈ, ਪਰ ਇੱਕ ਤੇਰੇ ਡੈਡੀ ਨੇ ਮੇਰੀ ਇਕਾਤ ਦਿਖਾਤੀ ਹੈ ਕਿ ਤੂੰ ਗਰੀਬ ਹੈ, ਪਰ ਗਰੀਬ ਅਤੇ ਅਮੀਰ ਦਾ ਕਦੇ ਰਿਸ਼ਤਾ ਹੋ ਨਹੀਂ ਸਕਦਾ, ਤੇਰੇ ਡੈਡੀ ਦੇ ਬਰਾਬਰ ਹੋਣਾ ਪਊਗਾ, ਫੇਰ ਭਾਵਾਂ ਹੋ ਜੀ। ਚੰਨੀ ਇਹਦੇ ਵਿੱਚ ਮੈਂ ਕੁਛ ਨਹੀਂ ਕਰ ਸਕਦੀ, ਪਲੀਜ਼ ਮੈਨੂੰ ਮਾਫ ਕਰ ਦੇ। ਨਹੀਂ ਰੀਤ, ਮਾਫ਼ੀ ਮੰਗਣ ਵਾਲੀ ਤਾਂ ਕੋਈ ਗੱਲ ਹੀ ਨਹੀਂ, ਜੋ ਵੱਡਿਆਂ ਦਾ ਫੈਸਲਾ ਉਹ ਸਾਨੂੰ ਮੰਨਣਾ ਚਾਹੀਦਾ, ਪਰ ਧੱਕਾ ਵੀ ਨਹੀਂ ਕੋਈ। ਉਹ ਤਾਂ ਠੀਕ ਹੈ, ਤੈਨੂੰ ਵੀ ਬਾਪੂ ਦੇ ਸੁਭਾਅ ਦਾ ਪਤਾ ਲੱਗ ਹੀ ਗਿਆ ਹੋਣਾ, ਤੇ ਮੈਂ ਵੀ ਉਹਨਾਂ ਦੀ ਇੱਜ਼ਤ ਕਰਦੀ ਹਾਂ, ਮੈਂ ਕਿਵੇਂ ਉਹਨਾਂ ਤੋਂ ਖਿਲਾਫ ਹੋ ਜਾ? ਉਹ ਤਾਂ ਠੀਕ ਹੈ, ਉਹਨਾਂ ਨੂੰ ਮੇਰੇ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਵੀ ਕਿਹੋ ਜਿਹਾ ਬੰਦਾ, ਤਾਂ ਮਾਂ ਬਾਪ ਤਾਂ ਚਾਹੁੰਦੇ ਹੀ ਹੈ ਮੇਰੀ ਧੀ ਖੁਸ਼ ਰਹੇ, ਪਰ ਉਹਨੂੰ ਲੱਗਿਆ ਮੈਂ ਗਰੀਬ ਹਾਂ ਤਾਂ ਕਰਕੇ ਨਹੀਂ ਰਿਸ਼ਤਾ ਕੀਤਾ। ਚੱਲ ਕੋਈ ਗੱਲ ਨਹੀਂ ਰੀਤ, ਆਪਾਂ ਇੱਕ ਤਰ੍ਹਾਂ ਚੰਗੇ ਦੋਸਤ ਬਣ ਕੇ ਰਵਾਂਗੇ। ਠੀਕ ਹੈ ਚੰਨੀ, ਜਿਵੇਂ ਤੈਨੂੰ ਠੀਕ ਲੱਗਦਾ ਵੀ ਆਪਾਂ ਦੋਸਤ ਬਣ ਕੇ ਰਹਿ ਸਕਦੇ ਹਾਂ, ਤਾਂ ਮੈਨੂੰ ਤੇਰਾ ਇਹ ਫੈਸਲਾ ਮਨਜ਼ੂਰ ਆ, ਪਰ ਮੈਂ ਤਾਂ ਇਹ ਚਾਹੁੰਦੀ ਸੀ ਵੀ ਜੇ ਤੂੰ ਵਿਆਹ ਕਰਾ ਕੇ ਸੈੱਟ ਹੋ ਜਾਏ ਤਾਂ ਉਹ ਤੋਂ ਵਧੀਆ ਤਾਂ ਕੋਈ ਗੱਲ ਹੀ ਨਹੀਂ। ਨਹੀਂ ਰੀਤ, ਅਜੇ ਨਹੀਂ ਵਿਆਹ ਕਰਾਉਂਦਾ,
ਜਿੰਨਾ ਚਿਰ ਆਪਦੇ ਪੈਰਾਂ 'ਤੇ ਨਾ ਖੜਾ ਹੋ ਜਾਂ, ਉਸ ਬਣਕੇ ਨਾ ਦਿਖਾਵਾਂ, ਉਨਾ ਚਿਰ ਨਹੀਂ ਵਿਆਹ ਕਰਾਉਂਦਾ। ਉਹ ਚੱਲ ਚੱਲ ਗੱਲਾਂ ਗੱਲਾਂ 'ਚ ਭੁੱਲ ਗਏ, ਕੁਛ ਖਾਣਾ? ਨਹੀਂ ਨਹੀਂ ਚੰਨੀ, ਬਸ ਕੁਛ ਨਹੀਂ ਖਾਣਾ। ਭੁੱਖਾ ਵਾਲਾ? ਨਹੀਂ ਬਸ। ਚੱਲ ਆਇਆ ਭੁੱਖਾ ਮੁੱਕ ਕੇ ਆਈਏ, ਮੂਡ ਸੈੱਟ ਹੋ ਜੂਗਾ। ਕੀ ਕਰੀ ਜਾਂਦਾ ਮੇਰਾ ਪੁੱਤ? ਕੁਛ ਨੀ ਬਾਪੂ, ਮਟਰ ਜੇ ਕੱਢਦੀ ਸੀ, ਮੈਂ ਅੱਜ ਆਲੂ ਮਟਰ ਬਣਾ ਲਾਂਗੇ। ਚੱਲ ਵਧੀ, ਚੰਗੀ ਗੱਲ ਨਾ, ਨਾ ਮੈਂ ਖੜਾ ਦੰਨਾਗਾ। ਕੋਈ ਨਾ ਬਾਪੂ, ਮੈਂ ਆਪੇ ਕੱਢ ਲਵਾਂ, ਕਿੱਡੀ ਕੁ ਗੱਲ ਹੈ। ਚੱਲ ਮੈਂ ਕੀ ਲਿੱਸਾ ਹੋ ਜਾਊਂਗਾ। ਪੁੱਤ ਇੱਕ ਮੈਂ ਤੇਰੇ ਨਾਲ ਗੱਲ ਕਰਨੀ ਸੀਗੀ। ਹਾਂਜੀ ਦੱਸੋ। ਮੈਂ ਨਾ ਹੋਰ ਰਿਸ਼ਤਾ ਦੇਖਿਆ ਤੇਰੇ ਵਾਸਤੇ ਇੱਕ। ਅੱਛਾ, ਕੋਈ ਗੱਲ ਨੀ ਬਾਪੂ ਜੀ। ਵਧੀਆ ਹੂੰ, ਜ਼ਮੀਨ ਜਾਇਦਾਦ ਵੀ ਵਧੀਆ ਗੀ। ਕੋਈ ਨਾ ਬਾਪੂ ਜੀ, ਤੁਸੀਂ ਕਿਹੜਾ ਗਲਤ ਕਰੋਗੇ ਮੇਰੇ ਵਾਸਤੇ, ਜੋ ਕਰੋਗੇ ਠੀਕ ਹੀ ਕੀਤਾ ਹੁਣ। ਚਲ ਉਹ ਤਾਂ ਠੀਕ ਹੈ ਪੁੱਤ, ਮੇਰਾ ਤਾਂ ਫਿਰ ਵੀ ਹੱਕ ਆ ਨਾ ਪੁੱਛਣ ਦਾ ਕਿਹੜਾ। ਕੋਈ ਗੱਲ ਨੀ ਬਾਪੂ ਜੀ, ਜਿਵੇਂ ਤੁਸੀਂ ਕਰ ਦੋਗੇ ਮੈਨੂੰ ਮਨਜ਼ੂਰ ਆ। ਠੀਕ ਆ ਪੁੱਤ, ਠੀਕ ਆ। ਚਲ ਫਿਰ ਮੈਂ ਤੋਰਦਾ ਨਾ ਕੋਈ ਗੱਲਬਾਤ। ਕੋਈ ਗੱਲ ਨੀ, ਤੋਰ ਲਿਓ, ਜਿਵੇਂ ਤੁਹਾਨੂੰ ਸਹੀ ਲੱਗਦਾ ਉਵੇਂ ਕਰੋ। ਇੱਕ ਆਲੂ ਵੀ ਬਦਲਣ ਵਾਲੇ, ਬਤਾ ਆਲੂ ਜੀ ਨਾ ਹੋਰ ਲਿਆਉਣ ਵਾਲੇ, ਕੱਢ ਲਏ ਬਾਹਰੇ ਆ। ਕੋਈ ਨਾ, ਅਸੀਂ ਦੇਖਦੇ ਜੇ ਘੱਟ ਆ ਗਏ। ਜਿਹੜੇ ਇਹ ਨੇ ਇਹ ਵਰਤ ਲਈਏ, ਇਹ ਨਵੇਂ ਆਲੂ ਨੇ ਲਾਲ ਜਿਹੇ, ਜਿਹੜੇ ਪਤਾ ਨਹੀਂ ਬਾਹਰੇ ਕੱਢ ਲਏ, ਗਲਦੇ ਨਹੀਂ ਹੈਗੇ, ਗਲਦੇ ਜੇ ਘੱਟ ਆ ਗਏ। ਕੋਈ ਨਾ, ਆ ਵਰਤ ਲਈਏ ਫਿਰ ਹੋਰ ਲਿਆਓ। ਚੱਲ ਠੀਕ ਆ, ਫਿਰ ਮੈਂ ਕਰਦਾ ਗੱਲ ਉਹਨਾਂ ਨਾਲ। ਕੋਈ ਗੱਲ ਨੀ ਬਾਪੂ ਜੀ, ਕਰ ਲਿਓ। ਆ ਰੱਖ ਦੇ ਤੁਸੀਂ, ਮੈਂ ਕੱਢ ਲੂੰਗੀ ਆਪੇ ਮਟਰ। ਚਲ ਕੋਈ ਨੀ, ਕਰਕੇ ਗੱਲ ਜੀ, ਫਿਰ ਆਪਾਂ ਦੇਖ ਲੈਂਦੇ ਹਾਂ ਕਿਵੇਂ ਬਣਿਆ। ਕੋਈ ਨਾ ਬਾਪੂ ਜੀ, ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਉਵੇਂ ਕਰੋ, ਮੈਂ ਤੁਹਾਡੇ ਫੈਸਲੇ ਨਾਲ। ਨਾ ਨਾ, ਉਹ ਤਾਂ ਠੀਕ ਆ ਪੁੱਤ, ਤੇਰੀ ਗੱਲ ਆ, ਸਿਆਣੀ ਗੱਲ ਆ, ਸਿਆਣੇ ਤੀ ਪੁੱਤ ਦਾ, ਬੜੀ ਚੰਗੀ ਗੱਲ ਆ ਤਾਂ ਤੇਰੀ। ਮੈਂ ਕਰਕੇ ਗੱਲ ਜੀ ਉਹਨਾਂ ਨਾਲ, ਅੱਜ ਫਿਰ ਦੇਖਦਾ ਉਸ ਹਿਸਾਬ ਨਾਲ ਆਪਾਂ ਪ੍ਰੋਗਰਾਮ ਬਣਾ ਲਾਂਗੇ। ਮਾਂ ਬਾਹਰ ਕੰਮ ਕਰੀ ਨੀ, ਆਪ ਬੈਡ ਤੇ ਚੜੀ ਬੈਠੀ ਹੈ। ਕੋਈ ਗੱਲ ਨੀ, ਕਰ ਲੂੰਗੀ ਕੰਮ ਵੀ। ਨਾ ਤੁਸੀਂ ਡਰਿੰਕ ਕਦੋਂ ਕਰਕੇ ਆਏ ਇਹ ਦੱਸੋ ਪਹਿਲਾਂ ਤਾਂ। ਮੈਂ ਤਾਂ ਡੇਲੀ ਕਰਦਾ, ਤੂੰ ਕੀ ਲੈਣਾ ਗਾ ਮੇਰੀ ਡਰਿੰਕ ਕਰਨਾ ਕਰ। ਤੂੰ ਆਪਦੇ ਕੰਮ ਤੱਕ ਮਤਲਬ ਰੱਖਿਆ ਕਰ, ਵਾਧੂ ਇਹਨਾਂ ਮੈਨੂੰ ਸੁਣਾਇਆ ਕਰ, ਭਾਸ਼ਣ ਦੇ ਦਿਆ ਕਰ। ਉਹ ਤਾਂ ਠੀਕ ਹੈ, ਪਰ ਪ੍ਰਗਟ ਕੋਈ ਵਜ੍ਹਾ ਵੀ ਤਾਂ ਹੋਣੀ, ਕੋਈ ਕਮੀ ਹੈ ਮੇਰੇ 'ਚ, ਕਿਉਂ ਪੀਨੇ ਆ? ਉਹ ਯਾਰ, ਮੈਂ ਤੇਰੇ ਨਾਲ ਕੋਈ ਬਹਿਸ ਨਹੀਂ ਕਰਨੀ ਗੀ, ਨਾਲੇ ਤੇਰੇ ਨਾਲ ਵਿਆਹ ਕਿ ਮੇਰੀ ਮਰਜ਼ੀ ਨਾਲ ਨਹੀਂ ਹੋਇਆ, ਮੇਰੇ ਮਾਂ ਪਿਓ ਨੇ ਕਰਤਾ, ਮੈਨੂੰ ਕੋਈ ਸ਼ੌਂਕ ਨਹੀਂ ਚੜਾਈ ਤੇਰੇ ਨਾਲ ਵਿਆਹ ਕਰਾਉਣ ਦਾ। ਪਰ ਇਹ ਗੱਲਾਂ ਨਾ ਤੁਸੀਂ ਪਹਿਲਾਂ ਸੋਚਣੀਆਂ ਸੀ, ਮੇਰੀ ਜ਼ਿੰਦਗੀ ਤਾਂ ਨਾ ਕਮ ਸੇ ਕਮ ਖਰਾਬ ਕਰਦੇ। ਮੇਰੀ ਵੀ ਹੋਈ ਹੈ, ਤੇਰੀ ਕੀ ਮੈਂ ਇਕੱਲੀ ਦੀ ਕਰਤੀ? ਜਬ ਆ ਜਾਣ ਕਰ ਲਾ, ਮੈਂ ਚਲਾਈਆਂ ਤਾਂ ਅੱਗੇ ਕਹਿੰਦੂ ਵਾਧੂ ਦੇ। ਮੰਮੀ ਕਹਿਣਾ ਕਿਨੇ, ਮੈਂ ਆਪ ਦੇਖਿਆ।
ਕੋਈ ਨਾ ਜੇ ਮਾੜਾ ਮੋਟਾ ਪੀਂਦਾ ਗਾ ਮੈਂ ਤਾਂ ਕਦੇ ਆਪਦੇ ਅੱਖੀ ਦੇਖਿਆ ਨੀ ਜਾਂ ਘਰੇ ਬੋਤਲ ਰੱਖੀ ਦੇਖੀ ਨੀ ਹੈਗੀ ਐਵੇਂ ਇਲਜ਼ਾਮ ਜਾ ਲਾਈ ਜਾਂਦੀ ਆ ਮੇਰੇ ਪੁੱਤ ਦੇ ਤੋਂ ਮੰਮੀ ਮੈਂ ਇਲਜ਼ਾਮ ਨੀ ਲਾਉਂਦੀ ਜੋ ਪੀ ਕੇ ਆਏ ਨੇ ਮੈਂ ਤਾਂ ਹੀ ਕਿਹਾ ਪੀਂਦਾ ਹੋ ਗਿਆ ਮੈਂ ਪਹਿਲਾਂ ਨਾ ਕਹਿਤਾ ਤੂੰ ਹੋਰ ਕੰਮਾਂ ਚ ਧਿਆਨ ਰੱਖਿਆ ਕਰ ਨਾਲੇ ਮੇਰੀ ਗੱਲ ਸੁਣ ਲਾ ਹੁਣ ਪੇਕੇ ਚ ਨਾ ਜਾ ਕੇ ਕਹਿੰਦੀ ਆਹ ਗੱਲਾਂ ਵੀ ਪੀਂਦਾ ਜਾਂ ਨਾ ਹੀ ਪੀਂਦਾ ਉਹ ਤਾਂ ਕੋਈ ਗੱਲ ਨੀ ਮੰਮੀ ਨਹੀਂ ਕਹਿੰਦੀ ਮੇਰਾ ਕਿਹੜਾ ਜੀ ਕਰਦਾ ਮੈਂ ਆਪਣੇ ਬਾਪੂ ਨੂੰ ਟੈਨਸ਼ਨ ਦੇਵਾਂ ਤੇ ਨਾਲੇ ਉਹ ਕਹਿੰਦੇ ਸੀ ਵੀ ਤੁਸੀਂ ਉਹਦੇ ਧੱਕੇ ਨਾਲ ਵਿਆਹ ਕੀਤਾ ਜਿੱਥੇ ਪ੍ਰਗਟ ਕਹਿੰਦੇ ਸੀ ਤੁਸੀਂ ਉੱਥੇ ਵਿਆਹ ਕਰ ਦਿੰਦੇ ਕਿਉਂ ਧੱਕੇ ਨਾਲ ਕੀ ਨੀ ਤੂੰ ਨਾ ਆਪਦੇ ਕੋਲ ਨਾ ਗੱਲਾਂ ਬਣਾਈ ਜਾ ਬਿਨਾਂ ਗੱਲ ਤੋਂ ਮੈਨੂੰ ਲੱਗਦਾ ਤੇਰੀ ਕੋਈ ਵਿਗੜੇ ਹੋਇਆ ਟੇਬਰ ਜੇ ਮੇਰੇ ਪੁੱਤ ਦੇ ਇਲਜ਼ਾਮ ਜੇ ਲਾਈ ਜਾਂਦੀ ਹੈ ਤੂੰ ਮੰਮੀ ਮੈਨੂੰ ਕੀ ਲੋੜ ਹੈ ਇਲਜ਼ਾਮ ਲਵਾਉਣ ਦੀ ਨਾਲੇ ਮੈਂ ਤਾਂ ਨਾ ਵਿਆਹ ਕੇ ਆਈ ਹਾਂ ਮੈਂ ਕੋਈ ਭੱਜ ਕੇ ਥੋੜਾ ਆਈ ਹਾਂ ਵੀ ਮੈਂ ਤਾਂ ਇਲਜ਼ਾਮ ਲਗਾਉਂਗੀ ਤੈਨੂੰ ਇੱਕ ਗੱਲ ਦੱਸਾਂ ਆਪਦੇ ਘਰ ਦੇ ਕੰਮਾਂ 'ਚ ਧਿਆਨ ਰੱਖਿਆ ਕਰ ਠੀਕ ਹੈ ਉਦੇ ਮੈਂ ਟੋਕ ਨੂੰ ਜਿੱਦਾਂ ਐਂ ਡਿੱਗਦਾ ਆਇਆ ਉਦੇ ਮੈਂ ਪੁੱਛ ਲੂੰਗੀ ਲੱਗੀ ਆ ਖੇਰੀ ਕੋਈ ਗੱਲ ਨਹੀਂ ਆਪਦੇ ਕੰਮ ਕਰਿਆ ਕਰ ਉਧਰ ਕਰਦੀ ਆ ਹੁਣੀ ਉਹਦੇ ਆ ਕੇ ਜਵਾਕ ਤੇ ਜਿਹੜਾ ਜਿਹੜਾ ਕਰਦੀ ਆ ਜਿਹੜਾ ਕੁਛ ਕਰਦੀ ਆ ਕੁੜੇ ਰੋਟੀ ਪੱਕ ਗਈ ਕਿ ਨਾ ਹਜੇ ਬਸ ਮੰਮੀ ਸਬਜ਼ੀ ਬਣ ਗਈ ਸਬਜ਼ੀ ਬਣਾਉਂਦੀ ਆ ਨਾ ਕਿਹੜੇ ਵੇਲੇ ਨੇ ਤੂੰ ਇੱਥੇ ਚੁੱਲ੍ਹੇ ਚੌਂਕੇ ਬੜੀਆਂ ਕੋਈ ਸਾਫ ਸਫਾਈ ਵੀ ਕਰ ਲਿਆ ਕਰ ਦੇਖ ਕਿਵੇਂ ਮੱਖ ਖਾਣਾ ਫਿਰਦਾ ਹੈਗਾ ਮੰਮੀ ਸਾਫ ਸਫਾਈ ਤਾਂ ਕਰਕੇ ਕਿੱਥੇ ਹੱਥ ਲਾਉਣੀ ਆ ਤੂੰ ਲੈ ਆ ਦੇਖ ਲੈ ਇੱਧਰ ਉੱਥੇ ਕੂੜਾ ਪਿਆ ਹੈਗਾ ਮੰਮੀ ਪਹਿਲਾਂ ਤਾਂ ਡੰਗਰਾਂ ਦਾ ਕਰਨ ਚੱਲ ਗਈ ਸੀ ਕੋਈ ਗੱਲ ਨਹੀਂ ਚੱਕ ਦਿੰਦੇ ਕੂੜਾ ਵੀ ਭਾਂਡਿਆਂ ਦੇ ਮੱਖੀਆਂ ਤੈਨੂੰ 20 ਵਾਰੀ ਆਖਿਆ ਵੀ ਟੋਕਰੀ ਚ ਪਾ ਕੇ ਇਹਨਾਂ ਨੂੰ ਢੱਕ ਦਿਆ ਕਰ ਗਾਲ ਦਿਆ ਕਰ ਸਿੱਖ ਵੀ ਲੈ ਕੇ ਕੁਛ ਸਵਾ ਮਹੀਨਾ ਹੋਣ ਵਾਲਾ ਤੈਨੂੰ ਆਈ ਨੂੰ ਹਾਲ ਤੱਕ ਤੂੰ ਕੁਛ ਨਹੀਂ ਜਾਣਦੀ ਗੀ ਕੋਈ ਗੱਲ ਨੀ ਮੰਮੀ ਕਰ ਲੈਣੀ ਕੋਈ ਗੱਲ ਨੀ ਕੋਈ ਗੱਲ ਨੀ ਨਾ ਕਰਿਆ ਕਰ ਮੇਰੇ ਮੂਹਰੇ ਕਰਦਿਆ ਕਰ ਕੰਮ ਕਰਦੇ ਤੈਨੂੰ ਇਹ ਨੀ ਪਤਾ ਵੀ ਖੇਤ ਬੰਨੇ ਰੋਟੀ ਪਾਣੀ ਇਹਨਾਂ ਲੈ ਆਪੇ ਅੱਗਾਂ ਦਾ ਖਾਲੀ ਹਜੇ ਇਹਨੂੰ ਲਾ ਛੇਤੀ ਫਟਾਫਟ ਰੋਟੀ ਲੱਗ ਜਾ ਆਟਾ ਗੁੰਨ ਲਾ ਆਟਾ ਤਾਂ ਗੁੰਨਿਆ ਪਿਆ ਮੰਮੀ ਬਸ ਰੋਟੀ ਹੀ ਰਾੜਨੀ ਹੈ ਮੈਂ ਤੈਨੂੰ ਇੰਨਾ ਦੱਸਤਾ 5-10 ਮਿੰਟਾਂ 'ਚ ਰੋਟੀ ਪੱਕੀ ਹੋਣੀ ਚਾਹੀਦੀ ਹੈ ਮੇਰੇ ਕੋਲ ਕੋਈ ਗੱਲ ਨੀ ਹਾਂ ਰੋਟੀ ਬੰਨ ਦੀ ਖੇਤ ਲੈ ਕੇ ਜਾਣੀ ਹੈ ਕੋਈ ਗੱਲ ਨੀ ਮੰਮੀ 10 ਮਿੰਟਾਂ 'ਚ ਰੋਟੀ ਤਿਆਰ ਕਰ ਦਿੰਦੇ ਭਈ ਇਹ ਪੱਲੀ ਮੇਰੇ ਇਹ ਖੇਤ ਬੰਦੇ ਖੜੇ ਨੇ ਉਹ ਰੋਟੀ ਨੂੰ ਡਿੱਕੀ ਜਾਂਦੇ ਰੋਟੀ ਲੈ ਕੇ ਆਊਗਾ ਮੈਂ ਤਾਂ ਚੁੱਲ੍ਹੇ ਮੂਹਰੇ ਹੁਣ ਕਰਕੇ ਆਈ ਆ ਗੱਲ ਬਥੇਰਾ ਉਹਦੇ ਨਾਲ ਪਿੱਟ ਕੇ ਆਈ ਆ ਵੀ ਉੱਥੇ ਨਾ ਨਾਲੇ ਤਾਂ ਨਾ ਸਫਾਈ ਰੱਖੇ ਕੋਈ ਭਾਂਡੇ ਡਿੰਡੇ ਦੀ ਨਾ ਉਹ ਤਾਂ ਰੋਟੀ ਪਾਣੀ ਬਣਦਾ ਹੈਗਾ ਉਹ ਤਾਂ ਤੁਸੀਂ ਮੇਰੀ ਵੀ ਨਹੀਂ ਸੁਣੇਗੀ ਆਪਣਾ ਪ੍ਰਗਟ ਕੁਛ ਨੀ ਜਾਣਦੀ ਹੈਗੀ ਪੁੱਤ ਰੋਟੀ ਸਬਜ਼ੀ ਦੇਖ ਲਾ ਹੋਰ ਹੀ ਕਰ ਦਿੰਦੀ ਚਾਗਲ ਭਾਗਲ ਮੈਨੂੰ ਤਾਂ ਭੋਰਾ ਨੀ ਪਸੰਦ ਆਉਂਦਾ ਹੈਗਾ ਕੋਈ ਕੰਮ ਧੰਦਾ ਆਉਂਦਾ ਨੀ ਗਾ ਲੈਣਾ ਦੇਣਾ ਨੀ ਗਾ ਪਤਾ ਨੀ ਕੀ ਸਿਖਾ ਕੇ ਤੋਰੀ ਹੈਗੀ ਇਹ ਬਸ ਹੈ ਕਿੱਥੇ ਗਈ ਹੁਣ ਕਰਨਾ ਕੀ ਆ ਚੁੱਲ੍ਹੇ ਮੇਰੇ ਜਲ ਜਲ ਕਰੀ ਜਾਂਦੀ ਹੈਗੀ ਨਾ ਰੋਟੀ ਨਾ ਟੁੱਕ ਚੱਜ ਨਾਲ ਹੋ ਗਿਆ ਤੋਂ ਚਲ ਮੈਂ ਕਰਦਾ ਮਾਂ ਜਾ ਕੇ ਗੱਲ ਉਹਦੇ ਨਾਲ ਚੰਗਾ ਪੁੱਤ ਦੁਪਹਿਰਾ ਕਰਾਤਾ ਇੱਥੇ ਰੋਟੀਆਂ ਉਹਨੇ ਤਾਂ ਵੇ ਕੀ ਕਰੀਏ ਪੱਲੇ ਪਈ ਸੀ ਆਪਣੇ ਇਹ ਨਾ ਰੋਟੀ ਪੱਕੀ ਨਹੀਂ ਹਲੇ ਤੱਕ ਬਣਾ ਰਹੀ ਹਾਂ ਜੀ ਬਣਾ ਰਹੀ ਹਾਂ ਕਿ ਕੋਈ ਕੰਮ ਤਾਂ ਮੇਰੇ ਤੋਂ ਹੁੰਦਾ ਵੀ ਟਾਈਮ ਸੱਤੇ ਕੇ ਨਾ ਬਸ ਕੋਈ ਗੱਲਾਂ ਵਾਲੀ ਹੈਗੀ ਸੁਣਾਉਣ ਵਾਲੀ ਵਿਆਹ ਕੇ ਆਈਆਂ ਉਹ ਤਾਂ ਬੜਾ ਸੁਣਾਉਣੀ ਹੁੰਦੀ ਹੈਗੀ ਹੁਣ ਤੇ ਤੋਂ ਟਾਈਮ ਸੱਤੇ ਰੋਟੀਆਂ ਨਹੀਂ ਪੱਕਦੀਆਂ ਨਹੀਂ ਪਤਾ ਵੀ ਖੇਤ ਬੰਦੇ ਖੜੇ ਨੇ ਬਸ ਬਣਾ ਰਹੀ ਹਾਂ 10 ਮਿੰਟ ਖੜ ਜਾਓ 10 ਮਿੰਟ ਖੜ ਜਾ ਤੈਨੂੰ ਆਪ ਨੂੰ ਵੀ ਪਤਾ ਹੋਣਾ ਚਾਹੀਦਾ ਹੈਗਾ ਤੇ 10 ਬੰਦੇ ਖੇਤ ਸਪਰੇਅ ਕਰੀ ਜਾਂਦੇ ਨੇ ਤੇ ਰੋਟੀ ਦਾ ਟਾਈਮ ਸਿਰ ਤੇ ਲਾ ਦਿਆ ਮੈਂ
ਮੈਂ ਕੱਲੀ ਜਾਣੀ ਆ, ਸਾਰੇ ਕੰਮ ਕਰਦੀ ਹੁਣ ਹੌਲੀ ਹੌਲੀ। ਤੂੰ ਹੀ ਕਰੇਂਗੀ, ਹੋਰ ਤੈਨੂੰ ਬਾਹਰੋਂ ਲੈ ਕੇ ਦੇਵਾਂ ਤੈਨੂੰ ਕੰਮ ਕਰਨ ਲਈ? ਮੈਂ ਕਦੋਂ ਕਿਹਾ ਵੀ ਕਿਸੇ ਨੂੰ ਬਾਹਰੋਂ ਲੈ ਕੇ ਆਓ? ਆ ਚਾਰ ਕੰਮ ਵੀ ਤੇਰੇ ਤੋਂ ਟਾਈਮ ਸਿਰ ਤੇ ਹੁੰਦੇ ਗੇ। ਤੇਰੇ ਤੋਂ ਪਹਿਲਾਂ ਮਾਂ ਵੀ ਕਰਦੀ ਹੁੰਦੀ ਸੀਗੀ, ਤੇਰੇ ਵਾਂਗੂ ਜਲ ਜਲ ਨਹੀਂ ਸੀ ਕਰਦੀ। ਉਹ ਬਣਾ ਦਿੰਦੀ ਪ੍ਰਗਟ, ਬਸ 10 ਮਿੰਟ ਕੱਢ ਦਿਓ। 5 ਮਿੰਟਾਂ ਤੋਂ ਪਹਿਲਾਂ ਰੋਟੀ ਪਕਾ ਦੇ ਨਾਲੇ। ਠੀਕ ਹੈ, ਲੈ ਹਲੇ ਤਾਂ ਮੈਂ ਸਾਰੇ ਕੰਮ ਕਰਦੀ ਹਾਂ, ਤਾਂ ਵੀ ਨਹੀਂ ਮੈਨੂੰ ਜੀਣ ਦਿੰਦੇ। ਜੇ ਨਾ ਕਰਦੀ ਹੋਵਾਂ ਫਿਰ ਪਤਾ ਨਹੀਂ ਇਹ ਕੀ ਕੁਛ ਕਰਨ ਮਾਂ ਪੁੱਤ। ਬਾਪੂ ਨੂੰ ਵੀ ਕੀ ਦੱਸਾਂ, ਉਹ ਤਾਂ ਪਹਿਲੀ ਹਾਰਟ ਦਾ ਮਰੀਜ਼ ਆ, ਉਹ ਇੰਨੀ ਵੱਧ ਦੀ ਟੈਨਸ਼ਨ ਲੈਣਗੇ। ਚੱਲ ਕਦੇ ਤਾਂ ਸੁਧਰਨ ਗਈ। ਉਹ ਯਾਰ ਹੈਪੀ, ਹੁਣ ਮੈਂ ਤੈਨੂੰ ਕੀ ਆਖਾਂ ਯਾਰ, ਤੈਨੂੰ ਆਪ ਨੂੰ ਪਤਾ ਹੈਗਾ ਉਹ ਸਾਰਾ ਦਿਨ ਮੇਰੇ ਸਿਰਹਾਣੇ ਆ ਕੇ ਖੜੀ ਰਹਿੰਦੀ ਹੈਗੀ, ਨਾ ਮੈਨੂੰ ਕਿਤੇ ਆਉਣ ਦਿੰਦੀ ਹੈ ਨਾ ਜਾਣ ਦਿੰਦੀ ਹੈਗੀ। ਇੱਕ ਹੈ ਇਹ ਜਿਹੀ, ਨਾ ਕੋਈ ਕੰਮ ਨਾ ਧੰਦਾ ਜਾਣਦੀ ਹੈ, ਸਾਰਾ ਦਿਨ ਇੱਥੇ ਘਰੇ ਮਾਂ ਨਾਲ ਲੜੀ ਜਾਂਦੀ ਰਹਿੰਦੀ ਹੈ। ਉਹ ਯਾਰ ਹੁਣ ਮੈਂ ਕਿਹੜਾ ਕਰਵਾਉਣਾ ਸੀਗਾ, ਮਾਂ ਦੀ ਗੱਲ ਮੰਨਣੀ ਪਈ ਮੈਨੂੰ, ਤਾਂ ਕਰਵਾਉਣਾ ਪੈ ਗਿਆ ਉਹਦੇ ਨਾਲ ਵਿਆਹ। ਮੈਨੂੰ ਕੀ ਲੋੜ ਪਈ ਸੀ ਉਹਦੇ ਨਾਲ ਵਿਆਹ ਕਰਵਾਉਣ ਦੀ? ਉਹ ਯਾਰ ਮੈਂ ਤਾਂ ਆਪ ਫਸ ਗਿਆ। ਕੀ ਹੋ ਰਿਹਾ? ਉਹ ਚੱਲ ਠੀਕ ਹੈ ਯਾਰ, ਮੈਂ ਫੇਰ ਕਰ ਦਿੰਦਾ। ਕਿਹਦੇ ਨਾਲ ਗੱਲ ਕਰ ਰਹੀ ਸੀ ਪ੍ਰਗਟ? ਕਿਹਦੇ ਨਾਲ ਗੱਲ ਕਰਨਾ ਹੈਗਾ? ਗਰਲਫ੍ਰੈਂਡ ਹੈ ਮੇਰੀ। ਗਰਲਫ੍ਰੈਂਡ ਨਾ ਵਿਆਹ ਤੋਂ ਪਹਿਲਾਂ ਹੁੰਦੀਆਂ ਨੇ, ਵਿਆਹ ਤੋਂ ਬਾਅਦ ਨਹੀਂ। ਉਹ ਨਾਲੇ ਮੈਨੂੰ ਤੇਰੇ ਨਾਲ ਕੋਈ ਸ਼ੌਂਕ ਨਹੀਂ ਸੀ, ਠੀਕ ਹੈ, ਵਿਆਹ ਕਰਾਉਣ ਦਾ। ਮਾਂ ਨੇ ਕਿਹਾ ਸੀ ਤਾਂ ਕਰਵਾ ਲਿਆ, ਤੂੰ ਆਪਦੀ ਹੱਦ ਤੱਕ ਹੀ ਰਿਹਾ ਕਰ। ਹੱਦ ਤੱਕ ਹੀ ਆ, ਹਲੇ ਤੱਕ ਤਾਂ ਹੱਦ ਤੱਕ ਹੀ ਸੀ, ਪਰ ਆ ਕੁਛ ਨਹੀਂ ਮੇਰੇ ਤੋਂ ਬਰਦਾਸ਼ਤ ਹੁੰਦਾ। ਮੈਂ ਕਿਸੇ ਨਾਲ ਗੱਲ ਕਰਾਂ ਫਿਰ ਤੈਨੂੰ ਕਿਵੇਂ ਲੱਗੂਗਾ? ਮੇਰੇ ਵੱਲੋਂ ਤਾਂ ਚਾਹੇ 100 ਛੱਡ 1000 ਨਾਲ ਗੱਲ ਕਰ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰੀ ਵੀ ਮਾਂ ਨੇ ਕਹਿਤਾ ਸੀਗਾ ਕੁੜੀ ਆਏ ਆ ਗਈ, ਉਹ ਆ ਗਈ, ਐ ਨੀ ਪਤਾ ਸੀ ਵੀ ਆਹ ਲਿਆ ਕੇ ਮੱਥੇ ਮਾਰੂਗੀ ਮੇਰੇ। ਮੈਨੂੰ ਨੀ ਸਮਝ ਲੱਗਦੀ ਮੈਂ ਕੀ ਕਰਾਂ। ਇਸੇ ਨਾਲ ਲੱਗੀ ਰਹਿੰਦੀ ਸਾਰਾ ਦਿਨ ਜੋਚਨੇ ਮੋਚਨੇ ਕਰਦੀ, ਬਾਈ ਲੈ ਰਹੀ ਹੈ ਇਹ ਪੱਥਰ ਕਰਨਾ, ਮੇਰੇ ਘਰ ਨੂੰ ਕੱਪੜੇ ਕੌਣ ਧੋਊਗਾ? ਮੰਮੀ ਕੋਈ ਨਾ ਧੋ ਲੈਣੀ ਆ, ਫੜੀਆਂ ਵੀ ਆਈ ਜਾਂਦੀ, ਤੂੰ ਤਾਂ ਬਹਾਨਾ ਚਾਹੀਦਾ ਫਿਰ ਤਾਂ, ਫੜੀਆਂ ਤਾਂ ਕਾਹਦੀ, ਮਸ਼ੀਨ 'ਚ ਕੱਪੜੇ ਧੋਣੇ ਸੁੱਕਣੇ, ਸੁਕਾ ਕੇ ਪਾਉਣੇ ਨੂੰ ਦਊਗੀ ਨੀ ਤੈਥੋਂ ਦਾ ਹੁੰਦਾ ਗਾ। ਉਹ ਤਾਂ ਗੱਲ ਠੀਕ ਹੈ ਮੰਮੀ, ਨਾ ਤੁਸੀਂ ਇਹਨੂੰ ਚੱਕ ਦੇ ਵਿੱਚ, ਨਾ ਮੈਂ ਇੱਥੋਂ
ਨਹੀਂ ਜਾਂਦੀ ਹੈਗੀ ਇਹ ਸਾਰਾ ਨਾ ਇਹਨੂੰ ਰੋਟੀ ਤੋਂ ਕਰ ਲੈ ਨਾ ਕੋਈ ਕੰਮ ਕਰ ਆਵੇ ਇਹਦੇ ਨਾਲ ਲੱਗੀ ਰਹਿੰਦੀ ਹੈ ਚੰਗਾ ਬਹਾਨਾ ਲਿਆ ਇਹਨੂੰ ਆ ਕਿੱਥੋਂ ਜੰਮ ਲਿਆ ਹੁਣ ਖਾਨਾ ਚੰਗੀ ਆਈ ਤੈਨੂੰ ਕੰਮ ਵਾਸਤੇ ਲਿਆਂਦਾ ਸੀ ਠੀਕ ਹੈ ਕੰਮ ਕਾਰ ਕਰ ਲਿਆ ਕਰ ਬਸ ਇੱਥੇ ਗਾਲ ਗਏ ਮੈਂ ਕੀ ਕਰਾਂ ਫੁੱਕ ਆਈ ਚੱਕ ਲਾਇ ਕਿਧਰੇ ਨੀ ਜਾ ਨਿਕਲਦੀ ਸਾਰਾ ਦਿਹਾੜੀ ਸਾਰੀ ਦਿਹਾੜੀ ਤੇ ਬਹਾਨਾ ਵਧੀਆ ਲੱਭਿਆ ਕੰਮ ਮੈਂ ਤਾਂ ਚੁੱਲ੍ਹੇ ਉਹਦੇ ਭਾਂਡੇ ਪਏ ਰਹਿਣਗੇ ਕੱਪੜੇ ਦਾਤ ਬਜਾਇ ਛੱਡੂਗੀ ਰੋਟੀ ਪਾਣੀ ਇਹਨੂੰ ਚੱਜਣਾ ਤਾਂ ਮੈਂ ਕਰਾਂ ਦਾ ਕਰਾਂ ਕੀ ਇਹਦਾ ਅਰੇ ਇਹਦਾ ਹੁੰਦਾ ਪੱਥਰ ਲਿਆ ਕੇ ਸੁੱਟਦਾ ਸਾਡੇ ਦਾ ਮੱਥੇ ਮਾਰਿਆ ਇੱਥੇ ਕੀ ਕਰਾਂ ਹੋਰ ਪੁੱਤ ਠੀਕ ਹੈ ਸਾਰੇ ਇੱਥੇ ਹਾਂ ਹਾਂ ਬਾਪੂ ਸਾਰੇ ਠੀਕ ਨੇ ਹੋਰ ਪਾਲਕ ਵੀ ਠੀਕ ਰਹਿੰਦਾ ਵਧੀਆ ਹਾਂਜੀ ਹਾਂ ਠੀਕ ਰਹਿੰਦਾ ਕਬੀਲਦਾਰੀ ਪੈ ਜਾਂਦੀ ਆ ਫਿਰ ਇਹਨੂੰ ਸਾਂਭਣਾ ਸਾਰਾ ਦਿਨ ਇਹ ਤੰਗ ਕਰਦੀ ਰਹਿੰਦੀ ਆ ਹੱਸਣ ਦਾ ਤਾਂ ਟਾਈਮ ਹੀ ਨਹੀਂ ਲੱਗਦਾ ਉਹ ਚੱਲ ਪੁੱਤ ਚੱਲ ਜਵਾਬ ਕਰਨੇ ਦਾ ਹੋਣਾ ਉਹ ਕਰਨੀ ਕਰਨਾ ਗਾ ਫਿਰ ਵੀ ਮੇਰੇ ਮਨ ਚ ਨਾ ਦੋ ਤਿੰਨ ਵਾਰੀ ਗੱਲ ਹੀ ਆਈ ਮੈਂ ਤੈਨੂੰ ਪੁੱਛਦਾ ਰਹਿ ਗਿਆ ਅੱਜ ਫਿਰ ਮੈਂ ਪੁੱਛ ਹੀ ਲੈ ਤੇ ਮਾਂ ਜੇ ਪੁੱਛਦੇ ਆ ਵੀ ਕੀ ਗੱਲ ਹੈ ਕੀ ਵਜ੍ਹਾ ਗੀ ਬਾਪੂ ਜੀ ਬਿਲਕੁਲ ਵੀ ਟੈਨਸ਼ਨ ਨਾ ਲਓ ਕੋਈ ਗੱਲ ਕੋਈ ਵਜ੍ਹਾ ਨਹੀਂ ਹੈਗੀ ਸਭ ਕੁਛ ਠੀਕ ਹੈ ਚੱਲ ਪੁੱਤ ਠੀਕ ਹੀ ਚਾਹੀਦਾ ਜੇ ਕਈ ਵਾਰੀ ਕੋਈ ਗੱਲਬਾਤ ਹੁੰਦੀ ਵੀ ਤਾਂ ਮੈਨੂੰ ਦੱਸ ਦੇ ਨਹੀਂ ਨਹੀਂ ਬਾਪੂ ਜੀ ਕੋਈ ਗੱਲਬਾਤ ਨਹੀਂ ਹੈਗੀ ਸਾਰੇ ਬਹੁਤ ਵਧੀਆ ਰਹਿੰਦੇ ਨੇ ਮੇਰੀ ਸੱਸ ਉਹ ਵੀ ਮਾਵਾਂ ਵਾਂਗੂ ਰਹਿੰਦੀ ਆ ਤੇ ਪ੍ਰਗਟ ਦਾ ਵੀ ਬਹੁਤ ਚੰਗਾ ਸੁਭਾਅ ਏ ਚੱਲ ਫੇਰ ਚੰਗੀ ਗੱਲ ਆ ਪੁੱਤ ਆਏ ਸੀ ਚਲਾ ਇੰਨੇ ਨਾ ਹੁਣ ਮੇਰਾ ਨਾ ਕਹਿੰਦੇ ਹੁੰਦੇ ਚਿੰਤਾ ਜੀ ਦੂਰ ਹੋ ਗਈ ਮੈਂ ਰਾਤ ਵੀ ਸੋਚੀ ਗਿਆ ਨਹੀਂ ਨਹੀਂ ਨਾ ਕੋਈ ਵਜ੍ਹਾ ਲੱਗਦੀ ਮੈਨੂੰ ਨਾ ਇਹ ਕੁਝ ਦੱਸਦੀ ਆ ਵੀ ਅੱਗੇ ਤਾਂ ਕਿੰਨਾ ਹੱਸਦੀ ਖੇਡਦੀ ਰਹਿੰਦੀ ਸੀਗੀ ਹੁਣ ਹਰ ਵਕਤ ਚੁੱਪ ਚੁੱਪ ਰਹਿੰਦੀ ਹੈ ਨਹੀਂ ਬਾਪੂ ਜੀ ਕੋਈ ਵਜ੍ਹਾ ਨਹੀਂ ਤੁਸੀਂ ਐਵੇਂ ਨਾ ਟੈਨਸ਼ਨ ਲਿਆ ਕਰੋ ਬੇਫਾਲਤੂ ਦੀ ਰੋਟੀ ਖਾ ਲਈ ਤੁਸੀਂ ਮੌਸਮ ਬੇਕਾਰ ਹੈ ਹੋ ਸਕਦਾ ਪਰ ਮੈਨੂੰ ਕਿਉਂ ਲੱਗਦਾ ਕੋਈ ਨਾ ਕੋਈ ਵਜ੍ਹਾ ਰਹਿੰਦੀ ਹੈ ਯਾਰ ਕੋਈ ਨਾ ਕੋਈ ਹੋ ਸਕਦਾ ਜਾਣੇ ਇਹ ਵੀ ਆਪਣਾ ਆਈਡੀਆ ਵੀ ਗਲਤ ਹੋ ਸਕਦਾ ਵਿਆਹ ਤੋਂ ਬਾਅਦ ਬੰਦਾ ਬਦਲ ਪੀ ਜਾਂਦਾ ਵਾ ਪਰ ਮੈਨੂੰ ਇਹਦਾ ਮਾਇੰਡ ਬਦਲਿਆ ਬਦਲਿਆ ਲੱਗਦਾ ਰਹਿੰਦਾ ਇਹ ਨਹੀਂ ਹੁੰਦੀ ਗੱਲ ਜੀ ਚੱਲ ਜੇ ਕੋਈ ਗੱਲ ਹੁੰਦੀ ਫਿਰ ਦੱਸ ਦੇ ਵੀ ਬਾਪੂ ਐਂ ਕਰਕੇ ਐਂ ਗੱਲ ਆ ਗਈ ਇਹ ਕਿਹੜਾ ਕੋਈ ਨਿਆਣੀ ਆ ਚਲੋ ਹਾਂ ਪੁੱਤ ਕੀ ਕਰੀ ਜਾਂਦਾ ਬੈਠਾ ਤੂੰ ਕੁਛ ਨਹੀਂ ਮਾਂ ਮੇਰੀ ਗੱਲ ਸੁਣ ਇੱਕ ਹਾਂ ਦੱਸ ਚੱਲ ਪਹਿਲਾਂ ਤਾਂ ਆਪਾਂ ਉਹ ਨਹੀਂ ਟੈਸਟ ਕਰਾਇਆ ਪਹਿਲੀ ਵਾਰ ਤਾਂ ਠੀਕ ਹੈ ਆ ਹੁਣ ਪੁੱਤ ਟੈਸਟ ਕਰਾ ਕੇ ਲਿਆ ਉਹਦਾ
ਟੈਸਟ ਮੰਨ ਜੂਗੀ ਉਹ? ਮੰਨੇ ਜਾਂ ਨਾ ਮੰਨੇ ਇਹ ਤਾਂ ਆਪਣੇ ਹੱਥ ਹੈਗਾ, ਆਪਾਂ ਲੈ ਕੇ ਜਾਣਾ ਡਾਕਟਰ ਦੇ, ਆਪਾਂ ਹਿਸਾਬ ਨਾਲ ਕਹਿ ਦਾਂਗੇ ਦਵਾਈ ਲੈ ਕੇ ਆਉਣੀ ਹੈਗੀ, ਉੱਥੇ ਟੈਸਟ ਕਰਾ ਲਾਂਗੇ। ਚੱਲ ਵੇਖਦਾ ਫਿਰ ਮੈਂ ਲੈ ਜਾਂਦਾ। ਹਾਂ ਟੈਸਟ ਇਹੋ ਜਿਹੇ ਹਿਸਾਬ ਨਾਲ ਬਸ ਕਹਿ ਦੀ ਡਾਕਟਰਨੀ ਨੂੰ, ਕਹਿ ਦੀ ਜਾਂ ਮੈਂ ਵੀ ਚੱਲੂੰਗੀ ਨਾਲ, ਤੇ ਵੀ ਕੁੜੀ ਹੋਈ ਤਾਂ ਫਿਰ ਪੁੱਤ ਆਪਾਂ ਵਾਰਸਨ ਕਰਾਉਣੇ ਕਰਾਉਣਾ, ਦੂਜਾ ਕੇਸ ਚ ਆਪਾਂ ਨੀ ਰੱਖਣੀ ਹੈਗੀ ਗੁੜਖਾਨਾ, ਸਿੱਧੀ ਜੀ ਗੱਲ। ਇਹ ਤਾਂ ਮੈਂ ਆਪ ਹੀ ਪਹਿਲਾਂ ਸੋਚੀ ਬੈਠਾ। ਹਾਂ ਬਸ ਹੋਰ ਵੀ ਘਰ ਭਰੇ ਜਾਂਦੇ ਹੈਗੇ ਆਪਾਂ ਤਾਂ। ਤੁਸੀਂ ਉਦੋਂ ਗਲਤੀ ਕਰੀ, ਮੈਂ ਤਾਂ ਇਹਦੇ ਨਾਲ ਵਿਆਹ ਕਰਾ ਕੇ ਵੀ ਰਾਜੀ ਨਹੀਂ ਸੀਗਾ, ਤੁਸੀਂ ਨੀ ਹਟੇ ਕਹਿਣ। ਉਹ ਪੁੱਤ ਵਿਆਹ ਤਾਂ ਕਰਨੇ ਸੀ, ਫਿਰ ਕੀ ਹੋ ਗਿਆ? ਉਹ ਕੋਈ ਚੱਜ ਦੀ ਵੇਖ ਲੈਂਦੇ। ਲੈ ਕਹਿੰਦੇ ਚੱਜ ਦੀ ਦੇਖ ਲੈਂਦੇ, ਕੋਈ ਗੱਲ ਨੀ। ਫਿਰ ਉਹ ਜ਼ਿਆਦਾ ਜਮੀ ਉਦੋਂ ਫਾਹਾ ਵੱਢ ਦਿੰਦਾ ਵੀ ਮਾਂ ਮੈਂ ਤਾਂ ਹਜੇ ਕਰਾਉਣੇ ਨੀ ਸਾਲ ਭਰ, ਹੁਣ ਤੂੰ ਮੈਨੂੰ ਦੋਸ਼ ਨਾ ਦੇ ਏਡੀ ਗੱਲ। ਦੋਸ਼ ਤਾਂ ਹੁਣ ਦੇਣਾ ਹੀ ਹੈਗਾ, ਕਿਸੇ ਚੀਜ਼ ਦੀ ਭੋਰ ਅਕਲ ਨੀ ਹੈਗੀ ਕੀ ਇਹਨੂੰ। ਉਹ ਤਾਂ ਦੀਦਾ ਹੀ ਹੈ, ਅਕਲਾਂ ਉਕਲਾਂ ਤਾਂ ਇਹਨਾਂ ਵੀ ਦਿਸੀ ਜਾਂਦੀਆਂ ਨੇ। ਆਹ ਜਿਹੜੀ ਗੱਲ ਕਹਿਤੀ ਨਾ, ਹੁਣ ਇਹ ਆਖਣ ਨੂੰ ਆਪਾਂ ਅੱਜ ਜਾਣਾ ਹੀ ਜਾਣਾ ਹੈਗਾ, ਸੁਣ ਲਾ। ਬਸ ਠੀਕ ਹੈ, ਮੈਂ ਲੈ ਕੇ ਜਾਣਾ ਹੈਗਾ। ਹਾਂ ਜੇ ਮੇਰੀ ਗੱਲ ਸੁਣ, ਜੇ ਮੈਨੂੰ ਵੀ ਮਨਾ ਕਰਨ ਲੱਗੀ ਨਾ, ਚੱਲ ਮੈਂ ਵੀ ਕਰੇ ਪੁੱਤ, ਤੂੰ ਗੱਲ ਧਿਆਨ ਚ ਰੱਖੀ, ਕਿਤੇ ਭੁੱਲ ਨਾ ਜਾਈ। ਮਨਾ ਕਿਵੇਂ ਕਰੂਗੀ, ਤੇ ਛਤਰੋਲ ਨਹੀਂ ਫਿਰੀ ਜਾਊਗੀ ਇਹਦੇ ਤੇ। ਆਹੋ ਡਾਕਟਰ ਨੂੰ ਪੁੱਛ ਲਈ, ਕਈ ਵਾਰ ਡਾਕਟਰ ਵੀ ਉਹਲਾ ਰੱਖ ਜਾਂਦੇ ਨੇ। ਕੋਈ ਨਾ, ਡਾਕਟਰ ਨਾਲ ਤਾਂ ਪਹਿਲਾਂ ਹੀ ਗੱਲ ਕਰ ਲਵਾਂ, ਡਾਕਟਰ ਕਿਉਂ ਲੈ ਰੱਖੂ। ਆਹ ਚੱਲ ਚੰਗਾ, ਚੱਲ ਵੇਖ ਲੈ ਜਾਂ ਅਰੀਤ ਨੂੰ ਫਿਰ ਹਸਪਤਾਲ ਤਾਂ ਲੈ ਜਾਵਾਂ, ਇਹ ਤਾਂ ਨਹੀਂ ਗੱਲ ਬਣਦੀ। Thank you.
ਚੰਗੀ ਰਹੂਗੀ ਜਦ ਕੋਲੇ ਰਹਿਣਗੀ ਬਸ ਠੀਕ ਹੈ ਆਪਾਂ ਕੀ ਕਰਾਉਣਾ ਹੈਗਾ ਯਾਰ ਬਾਲਾ ਟਾਈਮ ਪਤਾ ਹੈ ਕੀ ਹੈ ਹਾਂ ਦੱਸ ਮੈਨੂੰ ਕੀ ਬੁਲਾਇਆ ਉਹਨੇ ਕਿ ਗੁੱਸੇ ਚ ਰਹਿਣੀ ਹੈ ਪਿਆਰ ਨਾਲ ਵੀ ਬੋਲ ਪਿਆ ਕਰ ਕਿ ਮੈਂ ਤੇ ਨਾਲ ਪਿਆਰ ਨਾਲ ਕਿਉਂ ਬੋਲਾਂ ਮੈਂ ਤੇਰਾ ਮੇਰੇ ਨਾਲ ਕੀ ਵਾਸਤਾ ਅੰਤਰ ਵਿਆਹ ਹੋ ਗਿਆ ਓਏ ਕੋਈ ਨਾ ਹੁਣ ਤਾਂ ਵਿਆਹ ਹੋਇਆ ਨਾ ਹੋਇਆ ਇੱਕ ਬਰਾਬਰ ਹੀ ਹੈ ਕਿਉਂ ਕੀ ਹੋ ਗਿਆ ਕੀ ਹੋਣਾ ਸੀਗਾ ਮੇਰੇ ਘਰ ਵਾਲੀ ਨੂੰ ਭੇਜਤਾ ਉਹਦੇ ਪਿਆ ਕੋਲੇ ਚੱਲ ਗਈ ਛੱਡਤਾ ਉਹਨੂੰ ਪਰ ਕਿਉਂ ਉਹ ਤੂੰ ਉਹ ਵਾਲੇ ਸਵਾਲ ਜਵਾਬ ਨਾ ਕਰ ਤੂੰ ਐਂ ਦੱਸ ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ ਇਹ ਕੋਈ ਪੁੱਛਣ ਵਾਲੀ ਗੱਲ ਆ ਬਸ ਫਿਰ ਇੰਨੇ ਸਵਾਲ ਜਵਾਬ ਦੀ ਕੀ ਲੋੜ ਹੈਗੀ ਅੱਛਾ ਜੀ ਹਾਂ ਇੰਨਾ ਕਰਤਾ ਮੇਰੇ ਲਈ ਬਾਲਾ ਜਾਦੇ ਤੂੰ ਤਾਂ ਸੋਚ ਵੀ ਨਹੀਂ ਸਕਦੀ ਚਲੋ ਕੁਛ ਤਾਂ ਕੀਤਾ ਮੇਰੇ ਲਈ ਵੈਸੇ ਮੈਨੂੰ ਉਮੀਦ ਤਾਂ ਹੈ ਨਹੀਂ ਸੀ ਤੇਰੇ ਤੋਂ ਉਹ ਯਾਰ ਪਹਿਲਾਂ ਜਿਹੜਾ ਕੁਛ ਹੋਇਆ ਸੀ ਨਾ ਮਜਬੂਰੀ 'ਚ ਹੋਇਆ ਸੀਗਾ ਹੁਣ ਇੱਥੇ ਮੇਰੀ ਕੋਈ ਮਜਬੂਰੀ ਨਹੀਂ ਹੈਗੀ ਹੁਣ ਤਾਂ ਘਰਦਿਆਂ ਨੂੰ ਜਿਵੇਂ ਮੈਂ ਕਹੂੰਗਾ ਨਾ ਉਵੇਂ ਹੀ ਕਰਨਗੇ ਉਹ ਤੇ ਤੁਸੀਂ ਮੈਨੂੰ ਐਂ ਕਿਉਂ ਕਹਿੰਦੇ ਹੁੰਦੇ ਸੀ ਮੈਨੂੰ ਕਾਲ ਨਾ ਕਰ ਉਹ ਯਾਰ ਮੈਂ ਇੱਕ ਤਾਂ ਉਹਦਾ ਦਬਾਇਆ ਪਿਆ ਸੀਗਾ ਉਹਨਾਂ ਇੰਨਾ ਦਿਮਾਗ ਖਰਾਬ ਕਰਦੀ ਸੀ ਨਾ ਮੇਰਾ ਐਂ ਜੀ ਕਰਦਾ ਸੀ ਮੇਰਾ ਤਾਂ ਉਹਨੂੰ ਮਾਰ ਹੀ ਦੇਵਾਂ ਕਿਤੇ ਮੈਂ ਚੱਲ ਛੱਡ ਆਪਾਂ ਹੁਣ ਉਹਦੇ ਤੋਂ ਕੀ ਲੈਣਾ ਤਾਂ ਗਈ ਹਾਂ ਫਿਰ ਆਪਾਂ ਵਿਆਹ ਕਦੋਂ ਕਰਵਾ ਰਹੇ ਬਸ ਇੱਕ ਵਾਰ ਤਲਾਕ ਦੇ ਪੇਪਰ ਉਹਨੂੰ ਸਾਈਨ ਕਰ ਦੇਂਦੇ ਫਿਰ ਕਰਵਾ ਮਤਲਬ ਅਜੇ ਹੋਇਆ ਨਹੀਂ ਥੋੜਾ ਉਹ ਯਾਰ ਕਿੱਥੇ ਹੋਇਆ ਨਹੀਂਗਾ ਹਜੇ ਤਾਂ ਕਿਹੜਾ ਉਹਦਾ ਪਿਓ ਲੈ ਕੇ ਗਿਆ ਤੂੰ ਉਹਦੀ ਟੈਨਸ਼ਨ ਨਾ ਲੈ ਉਹਦਾ ਵਾਪਸ ਆ ਗਈ ਓਏ ਉਹ ਤਾਂ ਸਾਰਾ ਕੁਝ ਮੇਰੇ ਤੇ ਛੱਡ ਦੇ
ਮੈਂ ਆਪੇ ਸਾਂਭ ਲਵਾਂ ਤਾਂ, ਤੂੰ ਬਸ ਹੁਣ ਥੋੜ੍ਹੇ ਦਿਨ ਵੇਟ ਕਰ ਕਿ ਰਾਮਾ ਨੂੰ ਉਹਦੇ ਤੋਂ ਤਲਾਕ ਦੇ ਪੇਪਰ ਸਾਈਨ ਕਰਵਾ ਲੈਂਦੇ ਅਤੇ ਉਸ ਤੋਂ ਬਾਅਦ ਆਪਾਂ ਛੇਤੀ ਵਿਆਹ ਕਰਾ ਲਾਂਗੇ। ਚਲੋ ਠੀਕ ਹੈ, ਠੀਕ ਆ, ਚਲੋ ਆਪਾਂ ਚੱਲਦੇ ਹਾਂ ਕੁਛ ਖਾਣੇ ਪੀਣੇ ਹੈਗੇ। ਹਾਂਜੀ ਇਹ ਤਾਂ ਬਹੁਤ ਵਧੀਆ ਹੋ ਗਿਆ। ਆ ਜਾ ਪੁੱਤ ਆ ਜਾ। ਹੋਰ ਜੀ ਵਕੀਲ ਸਾਹਿਬ ਆ। ਸਤਿ ਸ਼੍ਰੀ ਅਕਾਲ ਜੀ। ਪ੍ਰੀਤ ਤੂੰ ਪੁੱਤ ਤੂੰ ਇੱਥੇ? ਹਾਂਜੀ ਮੈਂ LLB ਕਰ ਲਿਆ ਸੀ। ਅੱਛਾ ਅੱਛਾ ਹੁਣ ਮੈਂ ਇੱਥੇ ਪੋਸਟ ਹੋ ਗਈ ਸੀ ਮੇਰੀ। ਚਲੋ ਠੀਕ ਹੈ ਪੁੱਤ। ਅਤੇ ਤੁਹਾਡਾ ਕੇ ਸੀ ਕਰ ਲਿਆ ਸਟੱਡੀ ਮੈਂ, ਅਤੇ ਕੀ ਦਿੱਕਤ ਆ ਗਈ? ਦਿੱਕਤ ਇਹ ਹੈ ਜਿਹੜੇ ਆਪਣਾ ਕੁੜੀ ਵਿਆਹਤੀ ਸੀਗੀ। ਹਾਂਜੀ ਅਤੇ ਉੱਥੇ ਉਹਨੂੰ ਤਾਂ ਵਧੀਆ ਚੱਲੀ ਜਾਂਦਾ ਸੀਗਾ ਅਤੇ ਉਹ ਕਹਿੰਦੇ ਮੰਨ ਕੇ ਚੱਲ ਵੀ ਸਾਨੂੰ ਮੁੰਡਾ ਚਾਹੀਦਾ, ਇਹਦੇ ਹੋ ਗਈ ਕੁੜੀ ਪਹਿਲਾਂ। ਠੀਕ ਹੈ ਜੀ। ਹੈਂ ਅਤੇ ਦੁਬਾਰੇ ਫਿਰ ਇਹਨਾਂ ਨੇ ਆਪੋ ਕਰਾ ਲਿਆ ਅਲਟਰਾਸਾਊਂਡ 'ਚ ਕਰਾਉਂ ਦਿੰਦੇ ਜਿਹੜੀ, ਠੀਕ ਹੈ, ਉਹਦੇ 'ਚ ਵੀ ਕੁੜੀ ਆ ਗਈ। ਇਹਦੇ ਕੁੱਟ ਮਾਰ ਕਰੀ ਜਾਂਦੇ ਸੀਗੇ ਉੱਧਰ ਤੇ, ਉੱਤੋਂ ਮੈਂ ਵਗ ਗਿਆ ਫਿਰ ਮਾਂ ਦੀ ਕੁੜੀ ਨੂੰ ਘਰੇ ਲੈ ਆਇਆ। ਇਹਨੇ ਤਾਂ ਮੇਰੇ ਕੋਲ ਗੱਲ ਦੱਸੀ ਨਹੀਂ ਕਿਤੇ ਵੀ ਮੇਰੇ ਨਾਲ ਆਇਆ ਹੁੰਦਾ ਗਾ। ਹੁਣ ਕੀ ਚਾਹੁੰਦੇ ਤੁਸੀਂ? ਹੁਣ ਤਾਂ ਫਿਰ ਕੀ ਚਾਹੁੰਦੇ ਸੀਗੇ ਦੇਖੋ ਜੀ, ਇਹੋ ਕੁਛ ਕਰਾਉਂਦੇ ਤੁਸੀਂ ਦੱਸੋ, ਫਿਰ ਉੱਥੇ ਭੇਜਣ ਵਾਲਾ ਤਾਂ ਕੰਮ ਹੀ ਨਹੀਂ ਰਿਹਾ। ਫਿਰ ਉਹਨਾਂ 'ਤੇ ਕੇਸ ਦੋ ਬਣਦੇ ਉਹਨਾਂ ਦੇ। ਉਹ ਤਾਂ ਤੁਸੀਂ ਦੇਖੋ, ਤੁਹਾਨੂੰ ਇਹ ਗੱਲਬਾਤ ਦਾ ਪਤਾ ਗਾ, ਆਪਾਂ ਦੇ ਕਹਿਣਾ ਆਪਣਾ ਤਾਂ ਇਨਸਾਫ ਚਾਹੀਦਾ ਗਾ। ਆਪਾਂ ਭੇਜਣ ਵਾਲਾ ਕੰਮ ਹੀ ਨਹੀਂ, ਕੋਈ ਕੱਲ੍ਹ ਨੂੰ ਅਗਲਾ ਕਿਹੋ ਜਿਹਾ ਭੇਜਦੇ ਅਸੀਂ ਲੈ ਜਾਂਦੇ ਹਾਂ, ਤੋਂ ਡਰਦੇ ਮਾਰੇ ਉਹ ਕਰਨ ਦਾ ਕੋਈ ਦਮ ਨਹੀਂ ਰਿਹਾ। ਮਤਲਬ ਤਲਾਕ ਚਾਹੁੰਦਾ ਤੁਸੀਂ? ਨਾ ਨਾ ਫਿਰ ਇਹੀ ਹੈ ਜੀ ਹੱਲ, ਕੱਲ੍ਹ ਨੂੰ ਫਿਰ ਇਹ ਕੋਈ ਗੱਲਬਾਤ ਹੋ ਗਈ ਜੇ ਮੈਂ ਨਾ ਜਾਂਦਾ ਉਹ ਤਾਂ ਉੱਥੇ ਮਾਰ ਦਿੰਦੇ ਨੂੰ, ਫਿਰ ਕੀ ਹੋਊਗਾ। ਠੀਕ ਹੈ ਜੀ, ਬਹੁਤ ਮਾੜਾ ਹੋਇਆ। ਉਹ ਤਾਂ ਕਰਮਾਂ ਦੀ ਖੇਡ ਹੁੰਦੀ ਆ। ਚੱਲ ਫਿਰ ਆਪਾਂ ਚੱਲਦੇ ਹਾਂ ਜੱਜ ਸਾਹਿਬ ਕੋਲ ਅਤੇ ਗੱਲ ਕਰਦੇ ਸਾਰੇ। ਠੀਕ ਹੈ ਜੀ, ਚਲੋ। ਇਹਨਾਂ ਦੀ ਰਿਪੋਰਟ ਹੈ ਅਤੇ ਇਹਨੂੰ ਕੁੱਟਮਾਰ ਬਹੁਤ ਕਰਦੇ ਆ ਅਤੇ ਨਾਲੇ ਬੱਚਾ ਹੁਣ ਟੈਸਟ ਕਰਾਇਆ ਇਹਨਾਂ ਨੇ। ਇਹਨਾਂ ਦੀ ਦੋਨਾਂ ਦੀ ਗਲਤੀ ਹੈ ਜੀ। ਬਸ ਚੁੱਪ ਕਰ ਮੁੜੀਏ, ਬੜਾ ਨਾ ਬੋਲ ਕਾਕਾ, ਨਹੀਂ ਤਾਂ ਜੁਰਮਾਨਾ ਭਰ ਜੀ, ਨਹੀਂ ਸਜ਼ਾ ਕੱਟ ਜੀ, ਨਹੀਂ ਤਾਂ ਤੇਰੇ ਨਾਲ ਬਹੁਤ ਮਾੜੀ ਹੋਊਗੀ। ਚੱਲ ਜਾਓ। ਲਓ ਅੰਕਲ ਜੀ ਤੁਹਾਡਾ ਕੇਸ ਜਿੱਤ ਗਏ, ਤੁਹਾਨੂੰ ਵਧਾਈਆਂ, ਅਤੇ ਨਾਲੇ ਉਹਨੂੰ ਸਜ਼ਾ ਦਵਾ ਦਿੱਤੀ ਹੈ ਅਤੇ ਨਾਲੇ ਜੁਰਮਾਨਾ ਜੀ। ਚਲੋ ਜੀ ਧੰਨਵਾਦ ਤੁਹਾਡਾ, ਜਿਹੜੇ ਸਾਡੇ ਘਰ ਤਾਂ ਫਿਰ ਭੇਜ ਨਾ ਕੀਤਾ। ਲਓ ਜੀ ਅੰਕਲ ਇਹਦੇ ਫੋਟੋ ਕਾਪੀ ਕਰਾ ਲਿਓ ਅਤੇ ਨਾਲੇ ਮੈਨੂੰ ਦੇ ਦਿਓ, ਕਿਤੇ ਨਾਲ ਤੁਸੀਂ ਰੱਖ। ਤੂੰ ਦੱਸ ਤੂੰ ਵਿਆਹ ਕਰਾ ਲਿਆ ਜਾਂ ਨਹੀਂ? ਰੀਤ ਮੈਂ ਤੇਰਾ ਇੰਤਜ਼ਾਰ ਹੀ ਕਰਦਾ ਰਿਹਾ, ਮੈਂ ਤੇ ਵਿਆਹ ਕਰਾਇਆ ਨਹੀਂ। ਮੇਰਾ ਇੰਤਜ਼ਾਰ? ਕਮਲੇ ਮੈਂ ਤੈਨੂੰ ਕਿਹਾ ਤਾਂ ਸੀ ਵੀ ਤੂੰ ਆਪਣੀ ਲਾਈਫ 'ਚ ਸੈੱਟ ਹੋ ਜਾ,
ਤੇ ਤੈਨੂੰ ਹੁਣ ਤਾਂ ਬਹੁਤ ਸੋਹਣੀ ਕੁੜੀ ਮਿਲੂਗੀ, ਨਾਲੇ ਚੰਗੀ ਵੀ ਤੇ ਪਰਿਵਾਰ ਹਲੇ। ਕੀ ਕਰਨਾ ਸੋਹਣੀ, ਮੇਰਾ ਤਾਂ ਮਨ ਹੀ ਨਹੀਂ ਲੱਗਦਾ ਕਿਸੇ ਨਾਲ, ਪਰ ਤੇਰੇ ਡੈਡੀ ਨੇ ਕਦੋਂ ਮਿਹਨਤ ਦਿੱਤੇ ਮੈਨੂੰ। ਮੈਂ ਗਰੀਬ ਦਾ ਕੋਈ ਮੁੰਡਾ ਨਹੀਂ, ਮੈਂ ਕੁਛ ਬਣ ਕੇ ਦਿਖਾਵਾਂਗੀ ਤੇਰੇ ਡੈਡੀ ਦੀ ਮਿਹਨਤ ਨੂੰ। ਅੱਜ ਦੇਖ ਲਾ ਆਹ ਪੋਸਟ ਤੇ ਬੈਠਾ ਮੈਂ। ਚੱਲ ਵਧੀਆ ਗੱਲ ਹੈ ਚੰਨੀ, ਇੱਕ ਪਾਸੋਂ ਡੈਡੀ ਦੀ ਮਿਹਨਤ ਨੇ ਤੇਰੀ ਜ਼ਿੰਦਗੀ ਤਾਂ ਬਣਾਤੀ ਤੇ ਹੁਣ ਤੂੰ ਵੀ ਵਿਆਹ ਕਰਾ ਲੈ ਕਿ ਐਵੇਂ ਬੁੜਾ ਹੋਣਾ ਤੂੰ। ਵਿਆਹ ਕਰਾਉਣਾ, ਪਰ ਤੇਰੇ ਵਰਗੀ ਮਿਲੀ ਨਹੀਂ ਕੋਈ। ਮੈਂ ਤੈਨੂੰ ਕਹਿੰਦਾ ਰੀਤ, ਹੁਣ ਤੇਰਾ ਤਲਾਕ ਹੋ ਗਿਆ, ਤੂੰ ਕਰਾ ਲਾ ਵਿਆਹ ਮੇਰੇ ਨਾਲ। ਨਾ ਨਾ ਚੰਨੀ, ਇਹ ਨਹੀਂ ਹੋ ਸਕਦਾ। ਜੇ ਮੈਨੂੰ ਸੁੱਖ ਮਿਲਣਾ ਹੁੰਦਾ ਤਾਂ ਉਹ ਪਹਿਲੇ ਵਿਆਹ ਤੋਂ ਹੀ ਮਿਲ ਜਾਂਦਾ। ਮੈਂ ਤਾਂ ਪਹਿਲੇ ਬਹੁਤ ਦੁਖੀ ਹਾਂ, ਆਹ ਵਿਆਹ ਦੀਆਂ ਗੱਲਾਂ ਕਰਕੇ ਮੈਨੂੰ ਹੋਰ ਤੰਗ ਨਾ ਕਰ, ਵਿਆਹ ਤਾਂ ਨਹੀਂ ਮੈਂ ਕਰਾਉਣਾ। ਦੇਖ ਲੈ, ਸੋਚ ਲਈ ਇੱਕ ਵਾਰੀ। ਨਹੀਂ ਚੰਨੀ, ਬਸ ਸੋਚੇ ਹੀ ਪਿਆ। ਜਿਹੜੇ ਦੁੱਖ ਮੈਂ ਕੱਟੇ ਨੇ ਨਾ, ਉਹ ਮੈਨੂੰ ਹੀ ਪਤਾ ਹੈ। ਵਿਆਹ ਨਾਮ ਤੋਂ ਤਾਂ ਮੈਨੂੰ ਡਰ ਲੱਗਦਾ। ਦੇਖ, ਆਪਾਂ ਦੋਸਤ ਵੀ ਸੀ ਚੰਗੇ, ਤੇ ਹੁਣ ਦੁੱਖਾਂ ਦੀ ਜ਼ਿੰਦਗੀ ਸੁੱਖਾਂ 'ਚ ਬਦਲ ਜੂ। ਨਹੀਂ ਚੰਨੀ, ਮੈਨੂੰ ਨਹੀਂ ਲੋੜ ਬਸ। ਚੱਲ ਠੀਕ ਆ, ਅੱਗੇ ਤੇਰੀ ਮਰਜ਼ੀ ਆ। ਹਾਲ ਹੈ ਬਾਪੂ, ਚਾਹ ਬਣਾਵਾ? ਬਸ ਪੁੱਤ, ਚਾਹ ਤਾਂ ਆ ਲੈ, ਆ ਦੇਗਾ ਸਾਂਭ ਲਈ। ਕੋਈ ਨੀ ਬਾਪੂ, ਤੇ ਉਹ ਟਿੱਡੀ ਜੀ ਵੀ ਬਾਹਰ ਬੋਲ ਮਾਰੀ ਜਾਂਦੀ। ਕੋਈ ਨੀ ਪੁੱਤ, ਜਵਾਕਾਂ ਦਾ ਤਾਂ ਹੁੰਦਾ, ਜਵਾਕਾਂ ਦਾ ਮਾਰਨੀ ਆ। ਦੇਖੋ ਤਾਂ ਮੈਂ ਤੈਨੂੰ ਐਂ ਕਹਿੰਦਾ ਸੀਗਾ, ਜਦੋਂ ਮੈਂ ਫੋਟੋ ਸ਼ੇਟ ਕਰਾਉਣ ਗਿਆ ਨਾ, ਮੈਂ ਤੇਰੇ ਤੇ ਚੰਨੀ ਦੇ ਸਾਰੀਆਂ ਗੱਲਾਂ ਸੁਣ ਲਈਆਂ ਸੀਗੀਆਂ। ਦੇਖ, ਮੈਥੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਜਿਹੜੀ ਹੋਣੀ ਸੀ, ਹੋ ਗਈ, ਪਰ ਹੁਣ ਤੂੰ ਗਲਤੀ ਨਾ ਕਰ। ਕਿਉਂ, ਮੈਂ ਤਾਂ ਇੱਕ ਪੰਡਤ ਕੋਲ ਗਿਆ ਸੀਗਾ ਤੇ ਮੈਨੂੰ ਤਾਂ ਪੰਡਤ ਨੇ ਦੱਸਿਆ ਸੀਗਾ ਵੀ ਤੇਰੀ ਕੁੜੀ ਦੇ ਕਰਮਾਂ 'ਚ ਦੁੱਖ ਲਿਖੇ ਹੋਏ ਆ। ਮੈਨੂੰ ਐਂ ਲੱਗਿਆ ਵੀ ਉਹਦੇ ਕੋਲ ਜ਼ਮੀਨ ਜਾਇਦਾਦ ਹੈ ਨਹੀਂ ਕਿ ਤਾਂ ਦੁੱਖ ਲਿਖਿਆ, ਵੀ ਮੈਂ ਚੰਗੇ ਘਰੇ ਵਿਆਹ ਦਿਆਂ। ਮੈਨੂੰ ਤਾਂ ਆਹ ਗੱਲ ਸੀਗੀ, ਪਰ ਮੈਨੂੰ ਆਹ ਐਂ ਪਤਾ ਹੁੰਦਾ ਮੈਂ ਤੈਨੂੰ ਉਦੇ ਉੱਥੇ ਵਿਆਹ ਦਿੰਦਾ, ਪਰ ਹਜੇ ਤੇਰੇ ਕੋਲ ਮੌਕਾ ਹੈਗਾ, ਹੁਣ ਇਹ ਮੌਕਾ ਤੂੰ ਗਵਾਉਣਾ। ਬਾਪੂ, ਮੇਰਾ ਤਾਂ ਨਾ ਜਮਾ ਮਨ ਨਹੀਂ ਹੈਗਾ ਵੀ ਮੈਂ ਵਿਆਹ ਕਰਾਵਾਂ। ਤੈਨੂੰ ਤਾਂ ਪਤਾ ਨਾ ਮੈਂ ਪਹਿਲੇ ਹੀ ਕਿੰਨੇ ਦੁੱਖ ਦੇਖ ਚੁੱਕੀ ਹਾਂ। ਪੁੱਤ, ਜੇ ਤੂੰ ਦੁੱਖ ਦੇਖਿਆ ਨਾ, ਮੈਂ ਤੈਨੂੰ ਤਾਂ ਹੀ ਕਹਿਣਾ ਗਾ ਵੀ ਹੁਣ ਤੂੰ ਦੁਬਾਰਾ ਦੇਖ, ਜਿਹੜਾ ਹੋ ਗਿਆ ਉਹਨੂੰ ਭੁੱਲ ਜਾ, ਮਿੱਠੀ ਪਾ, ਤੂੰ ਆਪਣੀ ਜ਼ਿੰਦਗੀ ਨਵੇਂ ਸ਼ੁਰੂ ਸ਼ੁਰੂ ਕਰ। ਚਲੋ ਦੇਖ ਲਓ ਬਾਪੂ ਜੀ, ਜਿਵੇਂ ਤੁਹਾਨੂੰ ਠੀਕ ਲੱਗਦਾ। ਜੇ ਤੁਹਾਨੂੰ ਲੱਗਦਾ ਵੀ ਚੰਨੀ ਮੈਨੂੰ ਖੁਸ਼ ਰੱਖ ਲੂਗਾ ਤਾਂ ਮੈਂ ਤੁਹਾਡੇ ਕਹਿਣ ਤੇ ਕਰਵਾ ਲੈਂਦੀ ਹਾਂ ਵਿਆਹ। ਉਹ ਤਾਂ ਐਂ ਨਾ ਦੇਖੋ ਵੀ ਹੁਣ ਸਰਕਾਰੀ ਨੌਕਰੀ ਤੇ ਲੱਗ ਗਿਆ, ਆਪਾਂ ਤੈਨੂੰ ਤਾਂ ਕਹਿਣੇਗੇ। ਬਾਕੀ ਸਿਰੇ ਮੈਥੋਂ ਤਾਂ ਹੁਣ ਜਿਹੜੀ ਗਲਤੀ ਹੋਣੀ ਸੀ ਹੋ ਗਈ, ਪਰ ਮੈਂ ਸੋਚਦਾ ਤਾਂ ਚੰਗਾ ਸੀਗਾ। ਕਈ ਵਾਰੀ ਮਾਂ ਪਿਓ ਤੋਂ ਵੀ ਸੋਚਦਾ ਤਾਂ ਗਲਤੀ ਹੋ ਜਾਂਦੀ ਹੈ, ਗਲਤੀ ਤਾਂ ਮੈਥੋਂ ਵੀ ਹੋ ਗਈ। ਜ਼ਰੂਰੀ ਨਹੀਂ ਬਾਪੂ ਵੀ ਜ਼ਮੀਨ ਜਾਇਦਾਦ ਨਾਲ ਹੀ ਕੋਈ ਅਮੀਰ ਹੁੰਦਾ, ਬੰਦਾ ਤਾਂ ਦਿਲ ਦਾ ਅਮੀਰ ਹੋਣਾ ਚਾਹੀਦਾ ਤੇ ਚੰਨੀ ਦਿਲ ਦਾ ਬਹੁਤ ਅਮੀਰ ਸੀ। ਚਲੋ ਛੱਡੋ ਪਹਿਲੀਆਂ ਗੱਲਾਂ ਨੂੰ ਤਾਂ। ਚਲ ਕੋਈ ਗੱਲ ਨਹੀਂ ਪੁੱਤ, ਫਿਰ ਉਹਦੇ ਨਾਲ ਮੈਂ ਕਰਕੇ ਨਾ ਗੱਲਬਾਤ, ਫਿਰ ਤਾਂ ਕਰਦੇ ਆਪਾਂ ਉਦੋਂ ਬਾਹਾਂ ਗੱਲ, ਠੀਕ ਹੈ? ਕੋਈ ਗੱਲ ਨਹੀਂ ਬਾਪੂ ਜੀ। ਹਾਂ ਚੱਲ, ਤੂੰ ਆ ਤਾਂ ਆਜ ਪੱਤਰ ਆਪਦੇ ਸਾਂਭਦੇ, ਤੇਰਾ ਤਾਂ ਚਾਹ ਪਾਣੀ ਪੀ ਲਾ। ਹਾਂਜੀ, ਹੁਣ ਗਲਤੀ ਮੈਥੋਂ ਹੋਈ ਆ ਤੇ ਫਿਰ ਮੈਂ ਹੀ ਸੁਧਾਰੂੰਗਾ। ਚੱਲ ਕੋਈ ਗੱਲ ਨਹੀਂ ਪੁੱਤ, ਜੇ ਮੈਂ ਗਲਤੀ ਕੀਤੀ ਹੈ ਨਾ, ਮੈਂ ਹੀ ਸੁਧਾਰੂੰਗਾ, ਕੋਈ ਗੱਲ ਨਹੀਂ। ਮੈਂ ਇਹੀ ਪੱਤਰੀ ਦਿਖਾਈ, ਪੱਤਰੀ ਨੇ ਮੇਰੇ ਮਨ 'ਚ ਇਹੀ ਗਲਤ ਫਹਿਮੀ ਪਾਈ, ਮੇਰੇ ਮਨ ਪੰਡਤ ਨੇ ਮੈਨੂੰ ਆਹ ਗੱਲ ਦੱਸਤੀ ਵੀ ਤੇਰੀ ਕੁੜੀ ਦੇ ਕਰਮ 'ਚ ਦੁੱਖ ਹੀ ਦੁੱਖ ਲਿਖੇ ਆ, ਪਰ ਮੇਰੇ ਮਨ 'ਚ ਆਹ ਗੱਲ ਆ ਗਈ ਵੀ ਚੰਨੀ ਗਰੀਬ ਆ, ਤਾਂ ਕਰਕੇ ਮੇਰੀ ਕੁੜੀ ਇਸ ਘਰੇ ਨਹੀਂ ਰਹਿ ਸਕਦੀ।
ਮੈਂ ਅਮੀਰ ਘਰ ਵਿਆਹ ਤੀ ਪਰ ਮੈਨੂੰ ਇਹ ਗੱਲ ਦਾ ਕੀ ਪਤਾ ਸੀ ਵੀ ਜਿਹੜੇ ਕਰਮਾਂ ਬੰਦੇ ਦੇ ਕਰਮਾਂ 'ਚ ਗੱਲ ਲਿਖੀ ਹੁੰਦੀ ਹੈ ਉਹ ਅਮੀਰ ਘਰ ਵੀ ਦੁੱਖ ਮਿਲਣਗੇ ਪਰ ਮੇਰੀ ਸੋਚ ਗਲਤ ਹੋ ਗਈ ਪਰ ਜਿਹੜੇ ਦੁੱਖ ਹੁੰਦੇ ਆ ਨਾ ਉਹ ਮਿਲ ਕੇ ਰਹਿੰਦੇ ਬੰਦੇ ਨੂੰ ਹਰ ਹਾਲਤ 'ਚ ਅਤੇ ਉਹ ਮਿਲ ਕੇ ਰਹੇ ਮੇਰੀ ਧੀ ਨੂੰ ਹੁਣ ਜਿੱਥੇ ਮੇਰੀ ਧੀ ਕਹੂਗੀ ਮੈਂ ਉੱਥੇ ਇਹਦਾ ਵਿਆਹ ਕਰੂੰਗਾ ਪਰ ਮੇਰੀ ਸੋਚ ਗਲਤ ਹੋ ਗਈ।